ਲਈ। ਸਭ ਮਾਈ ਭਾਈ ਇੱਕ ਵਾਰੀ ਗੱਜ ਕੇ ਆਖੋ ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਸਤਸੰਗਿਓ, ਅੱਜ ਤੋਂ ਕੋਈ 3-4 ਦਿਨ ਤੋਂ ਪਹਿਲਾਂ ਅਤੇ ਹੁਣ ਤੱਕ ਆਪ ਸੱਜਣ ਨਾਮਧਾਰੀ ਪੰਥ ਦੇ ਵਿਦਵਾਨਾਂ ਦੇ ਬੜੇ ਸ਼ੁਭ ਖਿਆਲਾਤ, ਕੀਰਤਨ, ਕਥਾ, ਵਿਆਖਿਆਨ ਅਤੇ ਕੀਰਤਨ ਸੁਣਦੇ ਰਹੇ ਹੋ। ਹੁਣੇ ਹੁਣੇ ਹੀ ਕਈਆਂ ਜਥੇਦਾਰਾਂ ਸਵੇਰ ਤੋਂ ਲਾ ਕੇ ਹੁਣ ਤੱਕ ਤੁਹਾਨੂੰ ਆਪਣਾ ਮਨੋਹਰ ਵਿਖਿਆਨ ਸੁਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਦੇ ਰਹੇ ਹੋ ਅਤੇ ਅੱਜ ਆਖਰੀ ਦਿਨ ਹੈ, ਸਵੇਰੇ ਭੋਗ ਪੈ ਜਾਣਾ। ਸਤਿਗੁਰਾਂ ਦੇ ਹੁਕਮ ਅਨੁਸਾਰ, ਉਹਨਾਂ ਦੀ ਬਖਸ਼ੀ ਬੁੱਧੀ ਦੇ ਮੁਤਾਬਿਕ ਕੁਝ ਪ੍ਰਾਰਥਨਾਵਾਂ ਮੈਂ ਆਪ ਸੱਜਣਾਂ ਦੇ ਚਰਨਾਂ 'ਚ ਕਰਨ ਲੱਗਾ। ਇੱਕ ਹੈ ਪਰਮੇਸ਼ਰ, ਇੱਕ ਹੈ ਪ੍ਰਕਿਰਤੀ, ਦੋ ਚੀਜ਼ਾਂ ਨੇ, ਇਹਨਾਂ ਤੋਂ ਬਗੈਰ ਕੋਈ ਚੀਜ਼ ਨਹੀਂ ਹੋਰ। ਜਦੋਂ ਅਸੀਂ ਪ੍ਰਕਿਰਤੀ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਸਾਨੂੰ ਸਰੀਰਕ ਦੁੱਖ ਵਿਆਪਦੇ। ਆਹ ਸਾਰੀ ਪ੍ਰਕਿਰਤੀ ਹੈ, ਹਵਾ ਤੋਂ ਦੂਰ ਹੋ ਜਾਂਦੇ ਹਾਂ, ਮਸਨੂਈ ਹਵਾ ਲੈਂਦੇ ਹਾਂ, ਤਾਜ਼ਾ ਹਵਾ ਤੋਂ ਦੂਰ ਹੋ ਜਾਂਦੇ ਹਾਂ, ਚੰਗੀ ਰੋਸ਼ਨੀ ਸੂਰਜ ਦੀ ਚੰਦਰਮਾ ਤੋਂ ਦੂਰ ਹੋ ਜਾਂਦੇ ਹਾਂ ਅਤੇ ਆਪਣੀ ਰੋਸ਼ਨੀ ਪੈਦਾ ਕਰ ਲੈਂਦੇ ਹਾਂ, ਜ਼ਮੀਨ ਤੋਂ ਅਸੀਂ ਦੂਰ ਹੋ ਜਾਂਦੇ ਹਾਂ, ਰੋਗ ਆ ਜਾਂਦੇ ਨੇ। ਇਸ ਤਰ੍ਹਾਂ ਦੇ ਇੱਕ ਨਹੀਂ ਹਜ਼ਾਰਾਂ ਹੀ ਰੋਗ ਸਾਨੂੰ ਵਿਆਪ ਪੈਂਦੇ ਨੇ ਸਰੀਰਕ, ਜਦੋਂ ਅਸੀਂ ਪ੍ਰਕਿਰਤੀ ਤੋਂ ਦੂਰ ਹੋ ਜਾਂਦੇ ਹਾਂ। ਅਤੇ ਜਦੋਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਸਾਨੂੰ ਮਾਨਸਿਕ ਦੁੱਖ ਵਿਆਪ ਜਾਂਦੇ ਆ, ਦੋ ਹੀ ਦੁੱਖ ਨੇ। ਜਦੋਂ ਭਗਵਾਨ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਅਸੀਂ ਮਾਨਸਿਕ ਰੋਗੀ ਹੋ ਜਾਂਦੇ ਹਾਂ, ਤਾਂ ਜਦੋਂ ਪ੍ਰਕਿਰਤੀ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਅਸੀਂ ਸਰੀਰਕ ਰੋਗੀ ਹੋ ਜਾਂਦੇ। ਦ੍ਰਿਕ ਦ੍ਰਿਸ਼ ਦੋ ਪਦਾਰਥ ਹੋ ਪਰਸਪਰ ਵਿਲੱਖਣ, ਦ੍ਰਿਕ ਸਤਿਅੰ ਦ੍ਰਿਸ਼ ਮਿਥਿਆ ਏ ਤਾਣੀ ਵੇਦਾਂਤ ਡੰਡਮਾ। ਦੋ ਹੀ ਪਦਾਰਥ ਆ, ਇੱਕ ਹੈ ਜਿਹੜਾ ਸਾਨੂੰ ਨਿਗਾਹ ਆਉਂਦਾ, ਇੱਕ ਹੈ ਜੋ ਨਿਗਾਹ ਨਹੀਂ ਆਉਂਦਾ। ਜਿਹੜਾ ਨਿਗਾਹ ਆਉਂਦਾ ਉਹਦੀ ਬਾਬਤ ਲਿਖਿਆ, ਦ੍ਰਿਸ਼ਟਮਾਨ ਹੈ ਸਗਲ ਮਥੈਣਾ, ਇਹ ਨਾਸਵੰਤ ਹੈ। ਜਿਹੜਾ ਨਹੀਂ ਨਿਗਾਹ ਆਉਂਦਾ ਉਹ ਇਹਨਾਂ ਅੱਖਾਂ ਨਾਲ ਦਿਸਦਾ, ਉਹ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਪੀ, ਉਹ ਹੋਰ ਅੱਖਾਂ ਹਨ। ਸੋ ਮੇਰਾ ਭਾਵ ਸਿਰਫ ਕਹਿਣ ਤੋਂ, ਜਿੰਨਾ ਅਸੀਂ ਗੁਰੂ ਤੋਂ, ਜਿੰਨਾ ਭਗਵਾਨ ਤੋਂ, ਜਿੰਨਾ ਈਸ਼ਵਰ, ਸਾਰੀ ਕੋਈ ਗੱਲ ਆਕਾਰ ਪੁਰਖ, ਪੁਰਖ ਗੁਰੂ ਭਗਵਾਨ ਜਿਹੜੇ ਆਉਂਦੇ ਨੇ ਨਾ ਰੱਬ ਜੀ ਫਲਾਣਾ, ਮੈਨੂੰ ਅੱਜ ਤੱਕ ਕਿਸੇ ਨੇ ਰੱਬ ਦਾ ਦਰਸ਼ਨ ਕਰਾਇਆ ਹੀ ਨਹੀਂ, ਗੁਰੂ ਤੋਂ ਬਗੈਰ ਹੋਰ ਰੱਬ ਹੈ ਹੀ ਨਹੀਂ, ਵਿਖਾਓ ਕੋਈ ਕਿੱਥੇ ਹੈ। ਆਖਦੇ ਨੇ ਸਾਰੇ ਤੈਨੂੰ ਰੱਬ ਵਿਖਾ ਦਿਆਂਗਾ, ਇਹ ਕਿਹੜਾ ਵਿਖਾਉਂਦੇ ਨੇ ਫਿਰ ਤੁਹਾਨੂੰ। ਸੋ ਜਦੋਂ ਉਹਦੇ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਸਾਨੂੰ ਦੁੱਖ ਹੋ ਜਾਂਦੇ ਹਨ। ਸਿਰਫ ਮੈਂ ਇਹਦੇ 'ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ 'ਚੋਂ ਜਿਹੜਾ ਬਾਬੇ ਸ਼ੇਰ ਸੁਰਾਂ ਨੇ ਗੱਲ ਆਖੀ ਸੀ ਉਹ ਨਹੀਂ ਮੈਂ ਕਹਿਣੀ, ਜਿਹੜੀ ਕਾਹਨ ਸਿੰਘ ਗੜੀ ਹੁਰਾਂ ਵਾਲੇ ਆਖੀ ਸੀ ਉਹ ਨਹੀਂ ਮੈਂ ਕਹਿਣੀ, ਜਿਹੜੀ ਗੁਰੂ ਹਰੀ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਨੇ ਆਖਿਆ ਸੀ ਇੱਕ ਤੋਂ ਜਾਣਿਆ ਤਾਂ ਦੋ ਹੋਣਗੀਆਂ, ਉਹ ਵੀ ਨਹੀਂ ਮੈਂ ਕਹਿਣੀ। ਹੋਰ ਕਈ ਗੱਲਾਂ ਜਿਹੜੀਆਂ ਸਨ ਨਾ, ਪੁੱਤਰਿਆਂ ਦੀ ਕਿੱਕੂ ਸਮਝੋ, ਪੋਤਰਿਆਂ ਦੀ ਕਿੱਕੂ, ਇਹ ਸਾਰੀਆਂ ਗੱਲਾਂ ਨਹੀਂ ਮੈਂ ਕਹਿਣੀਆਂ। ਕਲਿਆਣ ਸਿੰਘ ਅਤੇ ਕਿਰਪਾਲ ਸਿੰਘ ਨੇ ਹੰਕ ਆਏ ਸਨ, ਉਹਨਾਂ ਕੀ ਕੀਤਾ ਇਹ ਵੀ ਮੈਂ ਕੋਈ ਨਹੀਂ ਕਹਿਣੀ। ਇਹ ਹੋ ਸਕਦਾ ਸਾਰੇ ਜਥੇਦਾਰ ਤੁਹਾਨੂੰ ਅੱਗੇ ਦੱਸ ਹੀ ਗਏ ਹੋਣ, ਇਹਨਾਂ 'ਚੋਂ ਮੈਂ ਕੋਈ ਗੱਲ ਨਹੀਂ ਕਹਿਣੀ। ਮੈਂ ਸਿਰਫ ਨਿੱਕੀਆਂ ਨਿੱਕੀਆਂ ਟੂਕਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਤੋਂ ਜਿਹੜੀਆਂ ਤੁਸਾਂ ਵੀ ਅੱਖੀਂ ਵੇਖੀਆਂ ਨੇ ਅਤੇ ਮੈਂ ਵੀ ਵੇਖੀਆਂ ਨੇ, ਉਹਦੇ 'ਤੇ ਬੇਨਤੀ ਕਰਾਂਗਾ। ਆਓ ਆਪਾਂ ਇੱਕ ਧਾਰਨ ਪੜ੍ਹ ਲਈਏ ਜੀ, ਲਿਜਾਓ। Thank you.
ਸੁਣੀਆਂ ਨੇ, ਗੁਰੂ ਨਾਨਕ ਨੇ ਕਰਾਮਾਤ ਕੀਤੀ, ਭਗਵਾਨ ਕ੍ਰਿਸ਼ਨ ਨੇ ਕੀਤੀ, ਰਾਮ ਨੇ ਕੀਤੀ, ਗੁਰੂ ਗੋਬਿੰਦ ਸਿੰਘ ਕੀਤੀ, ਬੜਿਆਂ ਗੁਰੂਆਂ ਨੇ ਕਰਾਮਾਤਾਂ ਕੀਤੀਆਂ ਨੇ। ਸਾਹਮਣੇ ਜਿਹੜੇ ਤੁਹਾਡੀ ਕਰਾਮਾਤ ਗੁਰੂ ਪ੍ਰਤਾਪ ਸਿੰਘ ਕੀਤੀ ਹੈ, ਕਿਸੇ ਗੁਰੂ ਨੇ ਵੀ ਕੀਤੀ। ਵੇਖ ਲਓ, ਇਤਿਹਾਸ ਪੜ੍ਹੋ। ਗੁਰੂ ਨਾਨਕ ਨਾਲ ਇੱਕ ਮਰਦਾਨਾ ਸੀ, ਭੁੱਖਾ ਹੀ ਮਰਦਾ ਰਿਹਾ, ਲੜਦਾ ਹੀ ਰਿਹਾ, ਮੈਂ ਮਰ ਗਿਆ, ਸੱਚੇ ਪਾਤਸ਼ਾਹ ਰੋਟੀ ਨਹੀਂ ਮਿਲੀ, ਆ ਨਹੀਂ ਮਿਲੀ, ਆ ਨਹੀਂ ਮਿਲੀ। ਸਤਿਗੁਰੂ ਪ੍ਰਤਾਪ ਸਿੰਘ ਨੇ ਸਿੱਖਾਂ ਨੂੰ ਹਜ਼ਾਰਾਂ ਮਰਬੇ, ਕਿੰਨਾ ਕੁਝ ਜ਼ਮੀਨਾਂ ਦੇ ਕੇ ਗਰੀਬਾਂ ਨੂੰ ਉੱਚਾ ਕਰ ਦਿੱਤਾ। ਸਾਡੇ ਤੁਹਾਡੇ ਸਾਹਮਣੇ ਸਮਾਂ ਦੱਸੋ, ਕਿਸੇ ਗੁਰੂ ਦੀ ਹੈ ਕੋਈ ਐਸੀ ਗੱਲ? ਮੈਂ ਕੋਈ ਲਾ ਕੇ ਨਹੀਂ ਕਿਸੇ ਨੂੰ ਕਰਦਾ। ਦੱਸ ਦਿਓ ਮੈਨੂੰ, ਗੁਰੂ ਨਾਨਕ ਤੋਂ ਲਾ ਕੇ, ਭਗਵਾਨ ਰਾਮ ਤੋਂ ਲਾ ਕੇ, ਭਗਵਾਨ ਕ੍ਰਿਸ਼ਨ ਤੋਂ ਲਾ, ਕਿਸੇ ਗੁਰੂ ਨੇ ਨਹੀਂ ਜ਼ਮੀਨ ਦਿੱਤੀ ਹੋਈ ਕਿਸੇ ਸਿੱਖ ਨੂੰ, ਕਿਸੇ ਭਗਤ ਨੂੰ ਭਗਤ? ਹਾਂਜੀ, ਜਾ ਤੇਰਾ ਬੇੜਾ ਪਾਰ ਕਰ ਛੱਡੇ ਤੇ ਮੈਂ ਵੀ ਆ ਛੱਡਾਂਗਾ, ਖੋੜੇ ਹੋਇਆ ਕਿ ਨਹੀਂ ਹੋਇਆ? ਪਰ ਸਤਿਗੁਰੂ ਪ੍ਰਤਾਪ ਸਿੰਘ ਸਾਹਮਣੇ ਕਰ ਦਿੱਤਾ, ਸਾਹਮਣੇ ਗਰੀਬਾਂ ਨੂੰ ਉੱਚੀਆਂ ਕਰ ਦਿੱਤਾ। ਇੱਕ ਮੈਂ ਇਹਦੇ 'ਤੇ ਅਰਜ਼ ਕਰਕੇ ਅੱਗੇ ਚੱਲਾਂਗਾ। ਜੀਵਾ ਨਗਰ ਦਾ ਇਲਾਕਾ, ਸੁਜਾਨ ਸਿੰਘ ਸੀ ਉਹਦਾ ਨਾਂ, ਜਥੇਦਾਰ ਸੰਤਾਂ ਵਾਲੀ ਦਾ, ਕਮੋਦ ਸਿੰਘ ਸਨ ਉਧਰ ਸ਼ੇਖੂਪੁਰ ਦੇ ਜ਼ਿਲ੍ਹੇ ਵਿੱਚ, ਸਰਦਾਰਾਂ ਦੀ ਜ਼ਮੀਨ ਵਾਂਦੇ। ਹਾਂਜੀ, ਨਹੀਂ ਦੱਸ ਦਿਓ। ਹਾਂਜੀ, ਸੁਰਿੰਦਰ ਸਿੰਘ, ਤੁਸੀਂ ਲੜ ਲਓ ਆਪਸ 'ਚ, ਮੈਂ ਫਿਰ ਗੱਲ ਕਰਾਂਗਾ। ਹੇਸ਼ਟ ਮੇਕ ਵੇਸ਼ਟ, ਕਾਲੀ ਅੱਗੇ ਟੋਏ, ਸ਼ਤਾਬੀ ਬਵਾਦ ਕਰ ਹਰਮਣਾ, ਮਜ਼ਾਰੇ ਸਨ। ਜਦੋਂ ਇੱਧਰ ਵੋਟਾਂ ਦਾ ਕੰਮ ਆਉਣਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਖਣਾ ਕਾਂਗਰਸ ਨੂੰ ਵੋਟਾਂ ਦੇਣ ਜਾਣੇ, ਉਹਨਾਂ ਆਖਣਾ ਨਹੀਂ ਅਕਾਲੀਆਂ ਨੂੰ ਦੇਣ ਜਾਣੇ। ਬੜੀ ਦੂਬ ਦੂਬ ਹੋਣੀ, ਇੱਥੋਂ ਤੱਕ ਹੋਣਾ ਉਹਨਾਂ ਨੂੰ ਤੰਗ ਕਰਨਾ, ਉਹਨਾਂ ਦੀਆਂ ਸਰਦਾਰਨੀਆਂ ਬਾਹਰ ਜਾਣੀਆਂ ਨਾ, ਜਦੋਂ ਖੇਤਾਂ 'ਚ ਤੇ ਧੜਾਂ ਹੁੰਦੀਆਂ ਸਨ ਨਾ ਤੂੜੀ ਦੀਆਂ, ਉਹਨਾਂ ਆਖਣਾ ਉਹ ਤੂੜੀ ਦੇ ਤੜ ਦੇ ਉਹਨੇ ਲੁੱਕ ਜਾਓ, ਕਿਤੇ ਸਾਡੀਆਂ ਸਰਦਾਰਨੀਆਂ ਨੂੰ ਲਿਸ਼ਕ ਨਾ ਪੈ ਜਾਏ ਤੁਹਾਡੀ, ਲੁੱਕ ਜਾਓ ਜਦ ਤੱਕ ਸਾਡੀਆਂ ਸਰਦਾਰਨੀਆਂ ਇੱਥੇ ਨਹੀਂ। ਉਹਨਾਂ ਵਿਚਾਰਿਆਂ ਸ਼ਹਿ ਮਾਰ ਕੇ ਲੁੱਕ ਜਾਣਾ। ਜਦੋਂ ਉਹਨਾਂ ਤੁਰ ਜਾਣਾ, ਕਈ ਵਾਰ ਉਹ ਤਾਂ ਸਿਰ ਕਰਕੇ ਵੇਖਣਾ, ਉਹ ਆਖਣਾ ਉਹ ਤਾਂ ਸਿਰ ਕੀਤਾ, ਫਿਰ ਕੋਈ ਸੋਟਾ ਨੇ ਕੱਢ ਮਾਰੇ, ਘਰ ਤੁਰ ਜਾਣਾ। ਵਕਤ ਗੁਜ਼ਰ ਗਿਆ, ਟਾਈਮ ਫਲਾਈਸ, ਦਿਨ ਤੇ ਪਹਾੜ ਪਹਾੜ ਤੇ ਘੜੀਆਂ ਔਰ ਘਟਾ ਦਨਸ਼ੀ ਜਾ, ਪਾਕਿਸਤਾਨ ਬਣ ਗਿਆ। ਉਧਰੋਂ ਇੱਧਰ ਤੇ ਇੱਧਰੋਂ ਉੱਧਰ ਉੱਜੜ ਗਿਆ ਸਰਦਾਰ, ਉਹਨਾਂ ਲਾਹੌਰ ਦਿੱਲੀ ਆ ਕੇ ਬੂਟਾਂ ਦੀ ਦੁਕਾਨ ਪਾ ਲਈ, ਬੂਟਾਂ ਦੀ, ਜੁੱਤੀਆਂ ਵੇਚਣ ਦੀ। ਇਹ ਸੰਤਾਂ ਵਾਲੀ ਵਿੱਚ ਉਹ ਜਿਹੜੇ ਕਮੋਦ ਸਿੰਘ ਸਨ ਵਿੱਚ ਹੀ ਸਜਾਨ ਸਿੰਘ ਨੇ ਸਾਰਿਆਂ ਨੂੰ ਸਾਰੀ ਜ਼ਮੀਨ ਦਿੱਤੀ, ਸਾਰਿਆਂ ਸਤਿਗੁਰਾਂ ਨਾਲ ਚੰਗੀ ਜ਼ਮੀਨ ਬਣ ਗਈ, ਪੈਸੇ ਵਾਲੇ ਬਣ ਗਿਆ। ਇੱਕ ਦਿਨ ਦਿੱਲੀ ਚਲਾ ਗਿਆ, ਦਿੱਲੀ ਜਾ ਕੇ ਆਉਂਦਾ ਉਹ, ਚਲੋ ਉਹਨਾਂ ਸਰਦਾਰਾਂ ਦੇ ਕੋਲ ਚਲੀਏ, ਆਉਂਦੇ ਨੇ ਉਹਨਾਂ ਦੀ ਬੂਟਾਂ ਦੀ ਦੁਕਾਨ ਹੈ, ਕੋਈ ਬੂਟ ਹੀ ਖਰੀਦ ਲਿਆਈਏ। ਚਲੇ ਗਿਆ ਦੁਕਾਨ 'ਤੇ, ਉੱਥੇ ਬਹਿ ਗਿਆ ਜਿੱਥੇ ਉਹ ਕੁਰਸੀਆਂ ਜਾਂ ਬੈਂਚ ਪਏ ਹੁੰਦੇ ਨੇ। ਸਤਿ ਸ਼੍ਰੀ ਅਕਾਲ ਬੁਲਾਈ, ਆਪੋ 'ਚ ਰਵਾਂ, ਚਲੋ ਜੀ ਆਓ ਜੀ, ਇੱਕ ਨੂੰ ਸਜਾਣ ਸਿਆ। ਕਹਿੰਦਾ ਮੈਂ ਬੂਟ ਖਰੀਦਣੇ ਨੇ। ਸਰਦਾਰ ਆਉਂਦਾ ਆਪਣੇ ਨੌਕਰ ਨੂੰ, ਲਿਆ ਬੂਟਾਂ ਦਾ ਜੋੜਾ। ਉਸਨੇ ਬੂਟਾਂ ਦਾ ਜੋੜਾ ਲਿਆਂਦਾ, ਪਾਇਆ, ਕਿੰਨੇ ਦਾ? ਹਜੇ 15 ਰੁਪਈਆਂ ਦਾ। ਆਂਦਾ ਕੋਈ ਤੂੰ ਚੰਗਾ ਵਿਖਾ। ਉਹ ਆਂਦਾ ਉਹ ਦੂਜਾ ਲਿਆ। ਉਸਨੇ ਉਹ ਲਿਆਂਦਾ,
ਫਿਰ ਪਾਇਆ, ਕਹਿੰਦਾ ਕਿਨੇ ਦਾ ਇਹੋ ਜਿਹੇ 25 ਰੁਪਈਆਂ ਦਾ, ਉਹ ਇਹਨੂੰ ਹੋਰ ਚੰਗਾ ਵਿਖਾ। ਸਰਦਾਰ ਨੂੰ ਫਿਰ ਆਪ ਆਇਆ ਰੋਮ, ਗੁੱਸਾ ਚੜਿਆ, ਉੱਠਿਆ ਆ, ਫਿਰ ਉਸਨੇ ਚੰਗਾ ਬੂਟਾ ਦਾ ਨਾ ਜੋੜਾ ਲਿਆਂਦਾ। ਜਦੋਂ ਬੂਟਾ ਦਾ ਜੋੜਾ ਲਿਆ ਕੇ ਤੇ ਉਹ ਬੈਠਿਆ ਸੀ ਨਾ, ਉਹ ਸਜਾਨ ਸਿੰਘ ਦਾ ਪੈਰ ਬੂਟ ਦੇ ਵਿੱਚ, ਪਤਾ ਨਾ ਪਾਉਂਦੇ ਨੇ ਉਹ ਜਿਹੜੇ ਹੱਟੀ ਵਾਲੇ ਹੁੰਦੇ ਨੇ, ਜਦੋਂ ਉਹਦਾ ਪੈਰ ਪਾਇਆ ਨਾ ਉਹਦੇ ਬੂਟ ਦੇ ਵਿੱਚ, ਤੇ ਸਜਾਨ ਸਿੰਘ ਆਖਣ ਲੱਗਾ, ਚੱਲ ਸਤਿਗੁਰੂ ਪ੍ਰਤਾਪ ਸਿੰਘ, ਚੱਲ ਸਤਿਗੁਰੂ ਪ੍ਰਤਾਪ ਸਿੰਘ। ਉਹ ਆਂਦਾ, ਉਹ ਕੀ ਹੋਇਆ ਜੀ? ਅਜੇ ਹੋਇਆ ਤੈਨੂੰ ਨੀ ਪਤਾ ਲੱਗਾ? ਅਜੇ ਮੈਨੂੰ ਨੀ ਪਤਾ ਲੱਗਾ ਤੈਨੂੰ ਕੀ ਹੋਇਆ? ਕਹਿੰਦਾ ਤੇਰੇ ਸਾਹਮਣੇ ਜੋ ਕੁਝ ਹੋਇਆ ਅਜੇ ਮੈਨੂੰ ਵੀ ਦੱਸ। ਕਹਿੰਦਾ ਕਦੇ ਤੁਸੀਂ ਤੁਹਾਡੀਆਂ ਸਰਦਾਰੀਆਂ ਆਉਂਦੇ ਹਾਂ ਤੇ ਸਾਨੂੰ ਆਉਂਦੇ ਹਾਂ ਧੜਾਂ ਉਹਦੇ ਲੁੱਟ ਜਾਓ, ਸਾਨੂੰ ਗਾਲਾਂ ਕਰਦੇ ਹੁੰਦੇ, ਸਾਓ ਇਉਂ ਕਰ ਦਿਆਂਗੇ, ਆਹ ਕਰ ਦਿਆਂਗੇ। ਉਹ ਅੱਜ ਤੂੰ ਕੀ ਬਣਿਆ ਤੇ ਮੇਰੇ ਸਤਿਗੁਰੂ ਦੀ ਕਿਰਪਾ ਨਾਲ ਤੂੰ ਮੇਰੇ ਪੈਰਾਂ 'ਚ ਬੂਟ ਪਾਉਣ ਦੀ ਹੈ? ਉਹ ਸਤਿਗੁਰੂ ਪ੍ਰਤਾਪ ਸਿੰਘ ਜਿਸ ਨੇ ਤੇਰੇ ਵਰਗਿਆਂ ਨੂੰ, ਮੇਰੇ ਵਰਗੇ ਨਚੀਜ਼ ਬੰਦੇ ਅੱਗੇ ਚੁਕਾ ਦਿੱਤਾ, ਮੈਂ ਸਤਿਗੁਰੂ ਪ੍ਰਤਾਪ ਸਿੰਘ ਨੂੰ ਧੰਨ ਨਾ ਆਖਾਂ ਤੇ ਕੀ ਆਖਾਂ। ਇਸ ਵਾਸਤੇ ਉਹ ਮਸਤਾਨਾ ਹੋ ਗਿਆ ਤੇ ਆਹਦਾ ਕੀ ਹੈ? ਹਾਂ ਜੀ ਗੁਰੂ ਪ੍ਰਤਾਪ ਸਿੰਘ ਜੀ, ਅਸੀਂ ਤੇਰੇ ਕਰਦੇ ਬੋਲੇ, ਗੁਰੂ ਪ੍ਰਤਾਪ ਸਿੰਘ ਜੀ ਅਸੀਂ ਤੇਰੇ ਕਰਦੇ ਬੋਲੇ, ਪ੍ਰਤਾਪ ਸਿੰਘ ਜੀ ਅਸੀਂ ਤੇਰੇ ਕਰਦੇ ਬੋਲੇ, ਗੁਰੂ ਪ੍ਰਤਾਪ ਸਿੰਘ ਜੀ ਅਸੀਂ ਤੇਰੇ ਕਰਦੇ ਬੋਲੇ। ਹੋਈ ਨਾ ਕਰਾਂ ਮਾਤ ਸਾਹਮਣੇ ਸਤਿਗੁਰਾਂ ਦੀ, ਅੱਗੇ ਚਲੋ। ਆ ਮਲੋਹ ਪਿੰਡ ਜੇ ਮਲੋਹ, ਅਬੀੜ ਦੇ ਨਾਲ ਇੱਥੋਂ ਦਾ ਕਿਰਪਾ ਰਾਮ ਹੁੰਦਾ ਸੀ, ਕਿਰਪਾ ਰਾਮ ਉਹਦੇ ਘਰੋਂ ਸੀ, ਜਿਹੜੇ ਉਹਦਾ ਨਾਂ ਸੀ ਮਾਲਣ, ਛੀਂਬਾ ਸੀ, ਪੁੱਤਰ ਕੋਈ ਨਹੀਂ ਸੀ, ਪੈਸਾ ਬੜਾ ਸੀ, ਬਜਾਜੀ ਦੀ ਦੁਕਾਨ ਸੀ, ਉੱਤੇ ਜਵਾਰਾ ਸੀ ਤੇ ਹੁੱਕਾ ਪੀਂਦਾ ਸੀ, ਤੇ ਨੜੀ ਏਡੀ ਵੱਡੀ ਸੀ, ਹੁੱਕਾ ਥੱਲੇ ਤਰਦਾ ਸੀ ਤੇ ਨੜੀ ਕੋਠੇ ਤੇ ਜਾਂਦੀ ਸੀ, ਉੱਥੇ ਬੈਠਾ ਪੀ ਗੁੜ 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 ਕਰਦਾ ਰਹਿੰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਦਿਨ ਉੱਥੇ ਆ ਗਿਆ ਬੀੜ ਚੋਂ, ਲੈਣ ਕੀ ਆਏ? ਨਾਰੀਅਲ ਹਮਣ ਵਾਸਤੇ, ਹਮਣ ਕਰਨਾ ਸੀ। ਉਹਨੂੰ ਪਤਾ ਲੱਗਾ ਵੀ ਸਤਿਗੁਰੂ ਬੀੜ ਵਾਲੇ ਆਏ ਨੇ, ਆ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੈਂ ਲੈ ਦੇਣਾ ਨਾਰੀਅਲ। ਕਹਿੰਦੇ ਨੇ ਤੂੰ ਹੁੱਕਾ ਪੀਣਾ, ਨਾਰੀਅਲ ਦੀ ਲੈਣੇ? ਕਹਿੰਦਾ ਜੀ ਮੈਂ ਛੱਡਿਆ। ਕਹਿੰਦੇ ਨੇ ਚੰਗਾ ਫਿਰ ਛੱਡ ਦਿੱਤਾ ਤੇ ਨਾਰੀਅਲ ਲੈ ਦੇ। ਨਾਰੀਅਲ ਲੈ ਦਿੱਤੇ, ਭਜਨ ਪੁੱਛ ਲਿਆ, ਸੱਚੇ ਪਾਤਸ਼ਾਹ ਚਲੇ ਗਏ। ਥੋੜ੍ਹੇ ਦਿਨਾਂ ਬਾਅਦ ਮੈਂ ਜਾਣਿਓ ਮਨ ਮਰ ਗਏ, ਅੱਜ ਹੂੰ ਮਰਿਓ ਨਾ ਹੈ, ਵਰਖਾ ਪਰੀ ਕੁਸੰਗ ਕੀ ਦਾਦਰ ਜਿਉਂ ਉਮਗਾ ਹੈ। ਮਨ ਫਿਰ ਉੱਧਰ ਨੂੰ ਤੁਰ ਪਿਆ, ਫਿਰ ਉਹ ਸਾਰੇ ਪੀਣ ਲੱਗ ਪਿਆ, ਖਾਣ ਲੱਗ ਪਿਆ, ਫਿਰ ਚੰਗਾ ਕੁਟਾਪਾ ਪਾਇਆ ਸ਼ਹੀਦਾਂ ਨੇ, ਬਾਂਹ ਬਾਂਹ ਕਰਵਾ ਦਿੱਤੀ। ਫਿਰ ਗਿਆ ਕਿੱਥੇ? ਬੀੜ 'ਚ ਨੱਠਾ ਗਿਆ, ਜਾ ਕੇ ਸਤਿਗੁਰਾਂ ਦੇ ਮੱਥਾ 'ਚ ਟੇਕਿਆ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਕਿਰਪਾ ਕਰੋ, ਤੇ ਮੈਂ ਭੁੱਲ ਗਿਆ। ਸਤਿਗੁਰਾਂ ਆਖਿਆ ਤੂੰ ਆਪਣੀ ਗੱਲ 'ਤੇ ਨਹੀਂ ਰਿਹਾ, ਇਸੇ ਵਾਸਤੇ ਤੇ ਮੈਂ ਆਇਆ ਨਾ। ਫਿਰ ਉਸ ਨੂੰ ਟਿਕਾਇਆ, ਉਹਦਾ ਨਾਂ ਰੱਖਿਆ ਕਿਰਪਾ ਸਿੰਘ। ਉਹ ਕਿਰਪਾ ਸਿੰਘ ਫਿਰ ਕੀ ਬਣ ਗਿਆ? ਕਿਰਪੇ ਤੋਂ ਕਿਰਪਾ ਸਿੰਘ ਬਣ ਗਿਆ, ਏਡਾ ਪੂਰਾ ਸਿੱਖ ਬਣ ਗਿਆ। ਜਦੋਂ ਮਰ ਗਿਆ ਨਾ, ਉਹਦੀ ਸਿੱਖਣੀ ਨੇ ਇੱਕ ਊਠਣੀ, ਇੱਕ ਮਹੀਂ ਤੇ 7000 ਚਾਂਦੀ ਦਾ ਰੁਪਈਆ ਫਿਰ ਉਸ ਵਕਤ ਸਤਿਗੁਰਾਂ ਨੂੰ ਮੱਥਾ ਟੇਕਿਆ। ਉਹਦੇ ਮਰਨ ਤੋਂ ਬਾਅਦ ਉਹਦੀ ਸਿੱਖਣੀ ਸੀ ਨਾ, ਉਸਨੇ ਇੱਕ ਵਾਰੀ ਅੱਧ ਸਿਰ ਸਮਝੋ ਚਾਂਦੀ, ਦਰੋਗਾ ਜੀ ਸਿੰਘ ਜਿਹੜੇ ਸੰਤਾ ਸਿਵੜੀ ਉਹਨਾਂ ਨੂੰ ਫੇਰੀ, ਫਿਰ ਇੱਕ ਵਾਰੀ 15 ਸ਼ਟਾਂਕ ਸਾਡੀ। ਜਦੋਂ ਉਹ ਮਾਈ ਮਰਨ ਲੱਗੀ, ਉਹਦੇ ਬੋਝੇ ਵਿੱਚ 150 ਰੁਪਏ ਸਨ, ਚਾਂਦੀ ਦੇ ਹੁੰਦੇ ਸਨ ਬਹੁਤੇ, ਉਹ ਵੀ ਸਾਰੇ ਕੱਢ ਕੇ ਉਹਨੂੰ ਦੇ ਦਿੱਤੇ ਤੇ ਜਿੰਨੀ ਆਪਣੀ ਜਾਇਦਾਦ ਸੀ ਉਹ ਜ਼ਮੀਨ 'ਤੇ ਕੋਈ ਜੋਦ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਂ ਲਵਾ ਦਿੱਤੀ।
ਉਹਨੂੰ ਆਖਦੇ ਨੇ ਉਹ ਕੀ ਆਖਿਆ ਜੀ? ਕਹਿੰਦੇ ਨੇ ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਨੇ ਗੰਦੇ ਥਾਂ ਤੋਂ ਕੱਢ ਕੇ ਉੱਚਾ ਬਣਾ ਦਿੱਤਾ। ਤੇ ਮੈਂ ਕਿਉਂ ਉਹਨਾਂ ਨੂੰ ਆਖਾਂ ਭਾਈ ਸਤਿਗੁਰੂ ਪ੍ਰਤਾਪ ਸਿੰਘ ਜੀ ਅਸੀਂ ਤੇਰੇ ਘਰ ਦੇ, ਮੈਂ ਤੇਰਾ ਹਾਂ, ਮੈਂ ਤੇਰਾ। ਅੱਗੇ ਚਲੋ, ਨਿੱਕੀਆਂ ਨਿੱਕੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਦੱਸਣ ਜਾਣੇ। ਮੈਂ ਇੱਕ ਵਾਰੀ ਜਲੰਧਰ ਤੋਂ ਕਰਤਾਰਪੁਰੇ ਜਾਣਾ ਸੀ, ਦੋ ਸਰੀਰ ਸਾਂ ਸੀ, ਜਲੰਧਰ ਉੱਤਰ ਬੈਠੇ। ਆਖਿਆ ਇੱਥੋਂ ਅਸੀਂ ਨਾ ਬੱਸ ਲੈ ਲੈਂਦੇ ਹਾਂ ਕਰਤਾਰਪੁਰ ਜਿਹੜੀ ਜਾਂਦੀ ਹੈ। ਮੈਂ ਬਾਹਰ ਖਲੋਤਿਆ ਸਾਂ, ਇੱਕ ਮੈਨੂੰ ਮੋਨਾ ਡਰਾਈਵਰ ਜਾਪਿਆ, ਡਰੈਸ ਸੀ ਉਹਦੀ। ਮੈਂ ਆਖਿਆ ਭਾਈ ਇੱਥੇ ਕੋਈ ਬੱਸ ਜਿਹੜੀ ਕਰਤਾਰਪੁਰ ਜਾਂਦੀ ਉਹ ਮੈਨੂੰ ਦੱਸ ਦਿਓ, ਮੈਂ ਉਹਦੇ 'ਤੇ ਬਹਿ ਜਾਵਾਂ, ਲੋਕਲ ਬੱਸ। ਕਹਿੰਦਾ ਜੀ ਇਹਦੇ 'ਚ ਬਹਿ ਜਾਓ। ਮੈਂ ਉਹਦੇ 'ਚ ਅਸੀਂ ਦੋਵੇਂ ਜੀ ਜਾਪ ਬਹਿ ਗਿਆ ਸੀ। ਜਦੋਂ ਬੈਠੇ ਤਾਂ ਉਹ ਇੱਕ ਜਣੇ ਦਾ ਕਿੱਥੇ ਜਾਣਾ ਜੇ? ਮੈਂ ਕਿਹਾ ਕਰਤਾਰਪੁਰੇ। ਉਹ ਇਹ ਤੇ ਨਾਨ ਸਟਾਪ ਬੱਸ ਅੰਮ੍ਰਿਤਸਰ ਦੀ, ਇਹ ਨਹੀਂ ਕਰਤਾਰਪੁਰ ਜਾਣੀ। ਮੈਂ ਫਿਰ ਉਤਰ ਆਇਆ, ਉਹ ਫਿਰ ਮੈਨੂੰ ਮਿਲ ਪਿਆ। ਮੈਂ ਕਿਹਾ ਸੱਜਣੋ ਤੁਸੀਂ ਆਹ ਦੱਸੋ ਇਹਦੇ 'ਚ ਬਹਿ ਜਾਓ। ਉਹ ਆਉਂਦੇ ਨੇ ਨਾਨ ਸਟਾਪ ਬੱਸ ਹੈ, ਇਹ ਕਰਤਾਰਪੁਰ ਖਲੋਣੀ ਨਹੀਂ। ਕਹਿੰਦਾ ਸੰਤ ਜੀ ਇਹਦਾ ਸਟੇਰਿੰਗ ਮੇਰੇ ਹੱਥ 'ਚ, ਮੈਂ ਡਰਾਈਵਰ ਹਾਂ ਇਹਦਾ, ਤੇ ਤੂੰ ਬਹਿ ਜਾ, ਬਸ ਮੈਂ ਖਿਲਾਰਨੀ ਹੈ, ਬਸ ਆਪਣੇ ਆਪ ਨਹੀਂ ਖਲੋਣੀ। ਬਹਿ ਗਿਆ ਜੀ ਮੈਂ ਵੀ, ਅਸੀਂ ਦੋਵੇਂ ਜਣੇ ਉੱਥੇ ਬਹਿ ਗਏ। ਆ ਗਿਆ ਕੰਡਕਟਰ, ਟਿਕਟਾਂ ਲਓ, ਟਿਕਟਾਂ ਲਓ। ਮੈਂ ਆਖਿਆ ਦੋ ਟਿਕਟਾਂ ਕਰਤਾਰਪੁਰ ਦੀਆਂ, ਤੈਨੂੰ ਕਹਿੰਦਾ ਆਖਿਆ ਇੱਥੇ ਬਹੋ। ਮੈਂ ਆਖੀ ਜੀ ਮੈਨੂੰ ਡਰਾਈਵਰ ਸਾਹਿਬ ਨੇ ਆਖਿਆ, ਲਿਆ ਫਿਰ ਪੈਸੇ ਦੇ ਦੇ। ਝੱਟ ਢਿੱਲਾ ਹੋ ਗਿਆ, ਮੈਂ ਕੱਢ ਕੇ ਪੈਸੇ ਉਹਨਾਂ ਨੂੰ ਫੜਾ ਦਿੱਤੇ। ਮੈਂ ਪਿੱਛੇ ਬੈਠਾ ਸਾਂ, ਡਰਾਈਵਰ ਅੱਗੇ ਸੀ, ਉਹਨੇ ਕਰਤਾਰਪੁਰ ਜਾ ਕੇ ਬੱਸ ਖਿਲਾਰ ਦਿੱਤੀ। ਮੈਂ ਆਖਿਆ ਉਹਨਾਂ ਡਰਾਈਵਰ ਦਾ ਧੰਨਵਾਦ ਤਾਂ ਕਰ ਜਾਵਾਂ, ਬਾਜੂ ਲਿਆ ਤੂੰ ਮੈਨੂੰ, ਅਤੇ ਮੈਂ ਧੰਨਵਾਦ ਕਰਾਂ ਅਤੇ ਮੈਂ ਨਾ ਕਰਾਂ ਤਾਂ ਬੰਦਾ ਕੀ ਆ? ਮੈਂ ਅੱਗੋਂ ਦੀ ਉਤਰਨ ਲੱਗਾ ਅਤੇ ਮੈਂ ਹੱਥ ਜੋੜ ਕੇ, ਸਿਰ ਮੋਨਾ, ਦਾੜੀ ਹੈ ਨਹੀਂ, ਮੁੱਛਾਂ ਹੈ ਨਹੀਂ, ਬਿਲਕੁਲ ਘੋਲ ਮੋਹਣੇ, ਮੈਂ ਹੱਥ ਜੋੜ ਕੇ ਆਖਿਆ ਸੰਤ ਜੀ ਗੁਰਮੁਖੋ ਤੁਹਾਡਾ ਬੜਾ ਹੀ ਧੰਨਵਾਦ ਜਿਹੜਾ ਤੁਸੀਂ ਮੈਨੂੰ ਬੱਸ 'ਤੇ ਬਾਲ ਲਿਆ। ਸੰਤ ਜੀ ਉਹਦੀਆਂ ਅੱਖਾਂ 'ਚ ਮੋਤੀਆਂ ਮੋਤੀਆਂ ਜਿਹਦੇ ਅੱਥਰੂ ਆਏ। ਕਹਿੰਦਾ ਸਿੱਖਾ ਤੂੰ ਮੈਨੂੰ ਕੀ ਵੇਖਿਆ? ਮੈਂ ਸਤਿਗੁਰੂ ਪ੍ਰਤਾਪ ਸਿੰਘ ਦਾ ਸਿੱਖ, ਤੂੰ ਮੇਰਾ ਸਿਰ ਮੁੰਨਿਆ ਨਾ ਵੇਖ, ਮੇਰੀ ਦਾੜੀ ਮੁੰਨੀ ਹੋਈ ਨਾ ਵੇਖ, ਇਹ ਨਾ ਵੇਖ ਮੈਂ ਕੌਣ ਆ। ਉਹ ਮੈਂ ਤੇ ਆਪਣੇ ਸਤਿਗੁਰੂ ਪ੍ਰਤਾਪ ਸਿੰਘ ਦੇ ਸੇਵਕ ਨੂੰ ਪਾ ਕੇ ਤੇ ਸਤਿਗੁਰੂ ਦੀ ਖੁਸ਼ੀ ਲੈਣ ਦੀ ਕੋਸ਼ਿਸ਼ ਕੀਤੀ। ਮੈਂ ਹੋਰ ਕਿਸੇ ਨੂੰ, ਮੈਂ ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖ ਨੂੰ ਪਾਇਆ, ਧੱਕੇ ਨਾਲ ਮੇਰੇ ਮੂੰਹ ਨਿਕਲ ਗਿਆ, ਹਾਂਜੀ ਸਤਿਗੁਰੂ ਰਾਮ ਸਿੰਘ ਜੀ ਅਸੀਂ ਤੇਰੇ ਘਰ ਦੇ ਗੋਲੇ, ਗੁਰੂ ਪ੍ਰਤਾਪ ਸਿੰਘ ਜੀ ਤੇਰੇ ਘਰ ਦੇ ਗੋਲੇ। ਉਹਨਾਂ ਦਾ ਪੋਤਰਾ ਤੀਰਥ ਸਿੰਘ ਇੱਥੇ ਆਇਆ ਹੈ, ਇਹਨਾਂ ਦਾ ਖੂਹ ਸੀ ਬਾਹਰ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਬਲਾ ਸੀਰ ਦੀ ਥੋੜਾ ਜਿਹਾ ਰੋਗ ਹੋ ਗਿਆ, ਇਹਨਾਂ ਦੇ ਖੂਹ ਤੇ ਜਾ ਕੇ ਰਹੇ। ਇਹ 1977 ਸਮਝ ਜੀ ਗੱਲ ਜੇ ਫਿਰ ਨਾ ਆਖਿਓ ਫਿਰ ਐਵੇਂ ਕੰਮ ਚੱਲ ਗਈ ਹੈ। ਉੱਥੇ ਜਾ ਕੇ ਡੇਰਾ ਲਾਇਆ, ਇੱਕ ਰੋਂਡਾ ਸਰੋਡਾ ਸਿੰਘ ਸੀ ਸ਼ਿਕਾਰ ਮਾਛੀਆਂ ਦਾ, ਉਹਨੂੰ ਲਿਆਂਦਾ ਵੀ ਜਰਾ ਇਲਾਜ ਕਰੋ।
ਉਹਨਾਂ ਦਾ ਖੂਹ ਤੇ ਬਦਰੂਹ ਰਹਿੰਦੀ ਸੀ, ਬਦਰੂਹ ਜਿਹੜੀ ਜਦੋਂ ਮਰਜ਼ੀ ਕਿਸੇ ਨੂੰ ਡਰਾ ਦੇ, ਜਦੋਂ ਮਰਜ਼ੀ ਕਿਸੇ ਦੇ ਅੱਗੇ ਲੱਗ ਜਾ, ਜੋ ਮਰਜ਼ੀ ਦੁੱਖ ਦੇਦੀ ਸੀ, ਸਾਰੇ ਥਾਂ ਪਿਆ ਸੀ ਤੇ ਇੱਥੇ ਬਦਰੂਹ ਰਹਿੰਦੀ ਹੈ। ਵਾਹ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜੀ, ਅੰਮ੍ਰਿਤ ਵੇਲਾ ਹੈ, ਭਾਈ ਸਾਹਿਬ ਭਾਈ ਵਜ਼ੀਰ ਸਿੰਘ ਨੇ ਗੜਵਾ ਫੜਿਆ ਹੈ, ਜੰਗਲ ਗਏ ਨੇ, ਜਦੋਂ ਜੰਗਲੋਂ ਵਾਪਸ ਆਏ ਨੇ ਨਾ ਤੇ ਅੱਗੇ ਤੁਰੇ ਉਹਨੇ ਨੇ, ਸਤਿਗੁਰੂ ਪ੍ਰਤਾਪ ਸਿੰਘ ਜੀ ਕਿਸੇ ਚੀਜ਼ ਨੂੰ ਠੇਡਾ ਲੱਗਾ ਮੇਰੇ ਸਤਿਗੁਰਾਂ ਦਾ, ਸਮਝਿਓ ਕਿੰਨਾ ਭਾਗਾਂ ਵਾਲਾ ਹੋਏਗਾ ਜਿਹਨੂੰ ਸਤਿਗੁਰੂ ਪ੍ਰਤਾਪ ਸਿੰਘ ਦਾ ਚਰਨ ਲੱਗ ਗਿਆ ਸੀ। ਤਰਸਨੇ ਆ ਕਿੱਡਾ ਕਰਮਾਂ ਵਾਲਾ ਹੋਏਗਾ ਜਿਹਨੂੰ ਉਹ ਚਰਨ ਲੱਗਿਆ ਸੀ, ਜਦੋਂ ਉਹਨੂੰ ਚਰਨ ਲੱਗਾ ਉਹਦੇ ਵਿੱਚੋਂ ਜਿਵ ਦਿਵ ਜੋਤੀ ਨਿਕਲ ਆਈ, ਦੋਵੇਂ ਹੱਥ ਜੋੜ ਕੇ ਸਾਹਮਣੇ ਖਲੋ ਗਈ। ਕਹਿੰਦਾ ਗਰੀਬ ਨੂੰ ਆਜ ਬੜੇ ਅੱਛੇ ਤੋਂ ਮੈਂ ਪਿਆ ਡੀਕਦਾ ਸਾ, ਕਦੋਂ ਮੇਰਾ ਦਤਾਰ ਆਏਗਾ ਤੇ ਚਰਨ ਆਏਗਾ ਤੇ ਮੇਰਾ ਪਾਰ ਉਤਾਰਾ ਹੋ ਜਾਏਗਾ, ਮੇਰਾ ਪਾਰ ਉਤਾਰਾ ਕਿਰਤਵਾ ਕਰ ਦਿੱਤਾ। ਬਦਰੂਹਾਂ ਵਿੱਚ ਮੈਂ ਫਿਰਦਾ ਰਿਹਾ, ਮੈਨੂੰ ਕਿਤੇ ਢੋਈ ਨਹੀਂ ਮਿਲੀ। ਸੱਚੇ ਪਾਤਸ਼ਾਹ ਮੈਂ ਤੁਹਾਡਾ ਕਿੰਨਾ ਕੁ ਧੰਨਵਾਦ ਕਰਾਂ। ਸਤਿਗੁਰੂ ਡੇਰੇ ਆ ਗਿਆ ਤੇ ਆ ਕੇ ਪੁੱਛਦੇ ਨੇ, ਭਾਈ ਸਾਹਿਬ ਭਾਈ ਟਹਿਲ ਸਿੰਘ ਜੀ, ਤੁਹਾਡੇ ਇੱਥੇ ਕੋਈ ਬਦਰੂਹ ਵੀ ਰਹਿੰਦੀ ਹੈ? ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ ਦੇ ਸਾਰੇ ਇਲਾਕੇ 'ਚ ਪਤਾ ਵੀ ਇੱਥੇ ਬਦਰੂਹ ਰਹਿੰਦੀ ਹੈ। ਕਹਿੰਦੇ ਨੇ ਭਾਈ ਸਾਹਿਬ, ਸੱਚੇ ਪਾਤਸ਼ਾਹ ਤਾਂ ਚੁੱਪ ਕਰ ਹੈ, ਭਾਈ ਸਾਹਿਬ ਕਹਿੰਦੇ ਨੇ ਚੰਗਾ, ਫਿਰ ਉਹਦਾ ਸਤਿਗੁਰ ਅੱਜ ਉਧਾਰ ਕਰ ਆਏ। ਫਿਰ ਸਾਰੀ ਸੰਗਤ ਕਿਮਨਾ ਆਖੀ ਉਸ ਵਕਤ, ਹਾਜੀ ਗੁਰੂ ਪ੍ਰਤਾਪ ਸਿੰਘ ਜੀ ਅਸੀਂ ਤੇਰੇ ਕਰਦੇ ਬੋਲੇ, ਗੁਰੂ ਪ੍ਰਤਾਪ ਸਿੰਘ ਜੀ ਤੇਰੇ ਕਰਦੇ ਬੋਲੇ। ਮੇਰੇ ਵੱਲ ਦੇਖਿਆ ਕਰ, ਉਧਰ ਨਾ ਵੇਖ, ਡਰਾਈਵਰ ਦੀ ਤੇ ਗਾਰਡ ਦੀ ਇੱਕ ਨਿਗਾਹ ਹੋਏ ਤੇ ਤਾਂ ਕੰਮ ਜਾਂਦਾ, ਗੱਡੀ ਡਹਿ ਜਾਂਦੀ ਹੈ ਸਮਝੋ। ਬੁਗਰੇ ਪਿੰਡ ਸੀ ਇੱਕ, ਬੁਗਰੇ ਚਾਰਕੋਟ ਦੇ ਜ਼ਿਲ੍ਹੇ 'ਚ, ਉੱਥੇ ਸੀ ਇੱਕ ਪੂਰਨ ਸਿੰਘ। ਪੂਰਨ ਸਿੰਘ ਦਾ ਪਿਤਾ ਸੀ ਈਸਰ ਸਿੰਘ, ਈਸਰ ਸਿੰਘ ਦਾ ਪਿਤਾ ਸੀ ਲਹਿਣਾ ਸਿੰਘ, ਤੇ ਲਹਿਣਾ ਸਿੰਘ ਦਾ ਗੋਡਿਆਂ 'ਚ ਪੀੜ ਹੁੰਦੀ ਸੀ, ਗੋਡਿਆਂ 'ਚ ਤੁਰ ਨਹੀਂ ਸੀ ਸਕਦਾ। ਇੱਥੇ ਵੇਖਿਆ ਜਾ ਜਿਹੜਾ ਮੇਰੇ ਮੇਰੇ ਗੋਡਿਆਂ ਨਾਲ ਤੁਰਦੇ ਨੇ, ਕਿਸ ਤੁਰਦੇ ਨੇ, ਬੜਾ ਔਖਾ। ਕਿਸੇ ਨੇ ਆਖਿਆ, ਹੋਇਆ ਅਕਾਲ ਪੁਰਖ ਇੱਥੇ ਆਇਆ, ਤੂੰ ਅਰਧ ਕਰ, ਹਾਂ ਤੇਰਾ ਰੋਗ ਦੂਰ ਕਰ ਦੇਣਗੇ। ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸਦਿਆਂ, ਤੁਰਿਆ ਜਾਵੇ ਸਤਿਗੁਰੂ ਨੂੰ ਜਦ ਤੋਂ ਹੁਕਮ ਨਾ ਕਰਨ ਮੱਥਾ ਨਾ ਟੇਕਿਆ, ਡਿੱਗਣ ਦਾ ਖਤਰਾ ਹੁੰਦਾ। ਅਫਰੀਕਾ ਦੀ ਗੱਲ ਹੈ, ਸੁਖਦੇਵ ਸਿੰਘ ਇੱਕ ਸਿੱਖ ਸੀ, ਭਗਤ ਸਿੰਘ ਦਾ ਭਰਾ ਸੀ। ਸਤਿਗੁਰੂ ਪ੍ਰਤਾਪ ਸਿੰਘ ਮੈਨੂੰ ਆਖਿਆ, ਐਲਾਨ ਕਰਦੇ ਸਾਨੂੰ ਤੁਰਦਿਆਂ ਨੂੰ ਕੋਈ ਮੱਥਾ ਨਾ ਟੇਕ। ਮੈਂ ਐਲਾਨ ਕਰ ਦਿੱਤਾ, ਨਾ ਮੁੜੇ ਸੁਖਦੇਵ ਸਿੰਘ ਨੇ ਅਗਾਂਹ ਹੋ ਕੇ ਮੱਥਾ ਟੇਕ ਦਿੱਤਾ, ਗੋਡਾ ਵੱਜਾ ਸੁਖਦੇਵ ਸਿੰਘ ਦੇ ਸਿਰ 'ਚ ਸਤਿਗੁਰੂ ਪ੍ਰਤਾਪ ਸਿੰਘ ਦਾ, ਤੇ ਆਉਂਦੇ ਨੇ ਮਾਰ ਮੱਥਾ। ਜਿਹੜਾ ਗੋਡਾ ਵੱਜਾ ਸਮਝੀ ਸਿਰ ਪੀੜ ਸ਼ੁਰੂ ਹੋ ਗਈ, ਹਟਦੀ ਨਹੀਂ। ਬੜੇ ਡਾਕਟਰ ਬੜੇ ਹਕੀਮ ਬੜਿਆਂ ਕੋਲ ਗਏ ਨੇ, ਨਹੀਂ ਹਟੀ। ਆਖਿਰ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਬੇਨਤੀ ਪੱਤਰ ਇੱਥੇ ਭੇਜ, ਮੇਰੇ ਘਰ ਦੇ ਕੋਲ ਦੱਸਣਾ ਨਹੀਂ ਆਰਾਮ ਆਉਂਦਾ। ਚਿੱਠੀ ਲਿਖੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਵਾਹ ਮੇਰਾ ਦਾਤਾ ਰਹਿਮ ਦਿਲ ਗਰੀਬਾਂ ਦਾ ਦੁੱਖ ਦੂਰ ਕਰਨ ਵਾਲਾ। ਉਹਨਾਂ ਨੇ ਫਿਰ ਇਹਨਾਂ ਬਾਬਾ ਜੀ ਜਿਹੜੇ ਉਦੋਂ ਸਤਿਗੁਰੂ ਜਗਜੀਤ ਸਿੰਘ ਜੀ, ਇਹਨਾਂ ਨੂੰ ਹੁਕਮ ਕੀਤਾ ਵੀ ਚਿੱਠੀ ਲਿਖ ਦੇ, ਉਹਨੂੰ ਆਖ ਤੇਰੀ ਦਰਦ ਦੂਰ ਹੋ ਜਾਏ, ਖਤਮ। ਇੱਧਰ ਚਿੱਠੀ ਲਿਖੀ ਗਈ ਹੈ, ਚਿੱਠੀ ਉੱਥੇ ਕਾਲੇ ਅੱਖਰ ਲਿਖੇ ਗਏ ਨੇ, ਉੱਧਰ ਸੁਖਦੇਵ ਸਿੰਘ ਦੀ ਸਾਰੀ ਦਰਦ ਦੂਰ ਹੋ ਗਈ। ਇਸੇ ਤਰ੍ਹਾਂ ਉਹ ਜਿਹੜਾ ਸੀ ਨਾ ਲਹਿਣਾ ਸਿੰਘ, ਉਹਨੂੰ ਕਿਸੇ ਆਖਿਆ, ਉਹ ਸਤਿਗੁਰ ਆਏ ਨੇ, ਤੂੰ ਉੱਥੇ ਜਾ ਕੇ ਅਰਦਾਸ ਕਰ। ਸੱਚੇ ਪਾਤਸ਼ਾਹ ਨਾ ਅੰਦਰੋਂ ਨਿਕਲਣ ਲੱਗੇ, ਗੱਲ 'ਚ ਪੱਲਾ ਪਾ ਕੇ ਖਲੋ ਗਿਆ। ਕਹਿੰਦੇ ਨੇ, ਬਾਬਾ ਕੀ ਗੱਲ ਹੈ? ਅਸੀਂ ਮੇਰੇ ਗੋਡੇ ਬੜੇ ਕੀਰ ਕਰਦੇ ਨੇ, ਆਂਦੇ ਹਰ ਜਾ ਪਲਾਂ ਐਵੇਂ ਕਰਨ ਦੀ ਆ, ਨਾ ਕੋਈ ਪੀੜ ਨਾ ਗੱਲ, ਐਵੇਂ ਕਰੀ ਜਾਂਦਾ, ਕੱਖ ਵੀ ਨਹੀਂ ਰਿਹਾ। ਸਮਝੀ ਕੀ ਗੱਲਾਂ ਨੇ, ਮੈਂ ਤੁਹਾਨੂੰ ਦੱਸਾਂ। ਸੇਠ ਦਿਆਲ ਸਿੰਘ, ਉਹਦਾ ਮੁੰਡਾ ਸ਼ਮਸ਼ੇਰ ਸਿੰਘ, ਉਹ ਦਾੜੀ ਨੂੰ ਕਲਫ ਲਾਉਂਦਾ ਹੁੰਦਾ ਸੀ, ਉਹ ਕਲਫ ਲਾਉਂਦਾ ਹੁੰਦਾ ਸੀ
ਤੇ ਉਹ ਰਤਨ ਸਿੰਘ ਨੂੰ ਅੰਦਰ ਕਰ ਕਹਿੰਦਾ ਕਹਿੰਦਾ ਉਹ ਮੈਨੂੰ ਬੜੀ ਬਿਮਾਰੀ ਜੇ ਇਸੇ ਤਰ੍ਹਾਂ ਖਾਰਿਸ਼ ਬੜੀ ਹੁੰਦੀ ਆ ਚੀਕ ਕਹਿੰਦਾ ਮੈਨੂੰ ਕੋਈ ਇਲਾਜ ਦੱਸ। ਉੱਤੋਂ ਸਤਿਗੁਰ ਆ ਗਿਆ ਸੱਚ ਪਾਤਸ਼ਾਹ ਨੇ ਕੀ ਗੱਲਾਂ ਕਰਦੇ ਹੋ ਅਜੇ ਆਉਂਦਾ ਬਈ ਮੈਨੂੰ ਕੋਈ ਦਵਾਈ ਦੱਸੋ। ਸੱਚ ਪਾਤਸ਼ਾਹ ਹਟ ਜਾ ਤੂੰ ਪਰ ਮੈਂ ਦੱਸਣਾ ਦਵਾਈ ਅਜੇ ਦੱਸੋ ਜੀ। ਕਹਿੰਦੇ ਨੇ ਚੰਗਾ ਸ਼ਮਸ਼ੇਰ ਸਿੰਘ ਅੱਜ ਤੋਂ ਕਲਫ ਨਾ ਲਾਈ ਤੇਰੀ ਬਿਮਾਰੀ ਹਟ ਜਾਏਗੀ। ਹਟ ਗਈ ਮੈਂ ਅੱਖੀਂ ਬੈਠੀਆਂ ਗੱਲਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਕੋਈ ਇਤਿਹਾਸ ਨਹੀਂ ਜਿਹੜਾ ਐਵੇਂ ਲੋਕ ਉਹਦੀ ਵੀ ਫਲਾਣੇ ਆਖਿਆ ਤੇ ਫਲਾਣੇ ਆਖਿਆ। ਮੇਰਾ ਮਤਲਬ ਸਿਰ ਕਹਿਣ ਤੁਸੀਂ ਕਿਹੜਾ ਡਾਕਟਰ ਇਹ ਗੱਲ ਮੰਨੇਗਾ, ਪਰ ਸਤਿਗੁਰ ਦਾ ਬਚਨ ਅਕਸੀਰ ਹੁੰਦਾ, ਵੱਡੀ ਦਵਾਈ ਹੁੰਦੀ ਆ ਉਹ। ਸੋ ਮੈਂ ਅਰਜ਼ ਕਰ ਰਿਹਾ ਸਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਨਹੀਂ ਹਜ਼ਾਰਾਂ ਦਾ ਪਾਰ ਉਤਾਰਾ ਕੀਤਾ। ਆਓ ਮੈਂ ਹੋਰ ਤੁਹਾਨੂੰ ਇੱਕ ਨਿੱਕੀ ਜਿਹੀ ਹੋਰ ਸਾਹੀ ਸੁਣਾਵਾਂ। ਬਲਾਕੀ ਚੱਕ ਪਿੰਡ ਹੈ ਸਿਆਲਕੋਟ ਦੇ ਜ਼ਿਲ੍ਹੇ 'ਚ, ਉੱਥੋਂ ਦਾ ਇੱਕ ਪ੍ਰੀਤਮ ਸਿੰਘ ਅਤੇ ਸੰਪੂਰਨ ਸਿੰਘ ਦੋ ਭਰਾ, ਉਹਨਾਂ ਦੇ ਇੱਕ ਦੀ ਲੜਕੀ ਜਿਹਦਾ ਨਾਂ ਸੀ ਪ੍ਰੀਤਮ ਕੌਰ, ਛੋਟੀ ਜਿਹੀ ਲੜਕੀ 8 ਕੁ ਸਾਲ ਦੀ ਸੀ, ਪਰ ਉਹਨਾਂ ਦੇ ਅਜੇ ਪੁੱਤਰ ਕੋਈ ਨਹੀਂ ਸੀ, ਉਸ ਬੀਬੀ ਦਾ ਭਰਾ ਕੋਈ ਨਹੀਂ ਸੀ, ਪੁੱਤਰ ਕੋਈ ਨਹੀਂ ਹੋਇਆ। ਕੁਦਰਤ ਇੱਕ ਦਿਨ ਐਸੀ ਵਰਤੀ ਉਹ ਬੀਬੀਆਂ ਸਾਰੀਆਂ ਤਿੰਜਣਾਂ ਦੇ ਵਿੱਚ ਕਿਲਖਲੀਆਂ ਪਾਉਂਦੀਆਂ ਨੇ, ਉਹ ਵੀ ਗਈ ਖੇਡਣ ਲੱਗ ਪਈਆਂ। ਇੱਕ ਬੀਬੀ ਆਉਂਦੀ ਠਹਿਰ ਜਾਓ ਨਹੀਂ 2 ਮਿੰਟ ਗੱਲ ਸੁਣੋ, ਅਸੀਂ ਦੱਸੋ ਉਹ ਲੀਡਰ ਬੀਬੀ ਪੁੱਛਦੀ ਨਹੀਂ ਤੇਰੇ ਕਿੰਨੇ ਭਰਾ ਨੇ, ਅਸੀਂ 2। ਫਿਰ ਉਹਨੂੰ ਪੁੱਛਦੇ ਤੇਰੇ ਕਿੰਨੇ ਨੇ, ਅਸੀਂ ਜੀ 3। ਤੇਰੇ ਕਿੰਨੇ ਨੇ, ਅਸੀਂ ਜੀ 1। ਉਹ ਪ੍ਰੀਤਮ ਨੂੰ ਪੁੱਛਦੀ ਤੇਰੇ ਕਿੰਨੇ ਨੇ, ਹੌਕਾ ਨਿਕਲ ਗਿਆ ਉਸ ਅੱਖਾਂ 'ਚ ਅੱਥਰੂ ਆ ਗਿਆ, ਕਹਿੰਦੇ ਮੇਰਾ ਕੋਈ ਵੀਰ ਨਹੀਂ। ਆਂਦੀ ਨਿਕਲ ਜਾ ਬਾਹਰ, ਜਿਹਦਾ ਵੀਰ ਕੋਈ ਨਹੀਂ ਉਹਨੂੰ ਕਿਸਾ ਖਿਡਾਉਣਾ ਹੀ ਨਹੀਂ ਆਪੇ ਵਿੱਚ, ਧੱਕਾ ਮਾਰ ਕੇ ਕਰ ਦਿੱਤਾ। ਰੋਂਦੀ ਰੋਂਦੀ ਘਰ ਨੂੰ ਆ ਗਈ, ਅਫਸੁਰਦਾ ਹੈ, ਬੇਚੈਨੀ ਹੈ, ਬੱਚੇ ਨੂੰ ਦੁਖੀ ਵੇਖ ਕੇ ਮਾਂ ਪਿਓ ਵੀ ਦੁਖੀ ਹੋ ਜਾਂਦੇ। ਵੇਖਿਆ ਆਂਦੀ ਆਂਦੇ ਨੇ ਫਿਕਰ ਨਾ ਕਰ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਰਸੋਂ ਆਉਣਾ ਇੱਥੇ ਚਰਨ ਪਾਣੇ ਨੇ, ਬੇੜਾ ਪਾਰ ਸਾਡਾ ਉਹ ਸੀ ਕਰਨਾ। ਸਤਿਗੁਰੂ ਜੀ ਆ ਗਿਆ ਆਹ ਤਰ੍ਹਾਂ ਜਦੋਂ ਤੁਰੇ ਜਾਂਦੇ ਨੇ ਚਰਨ ਪਾਣ, ਉਹਨਾਂ ਨੂੰ ਸਿਖਾਇਆ ਸੀ ਬੀਬੀ ਨੂੰ ਆ ਜਾ ਅਰਜ ਕਰ। ਉਸਨੇ ਫੜ ਕੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਕੁੜਤੇ ਦੀ ਕੰਨੀ ਫੜ ਲਈ ਬੱਚੀ ਨੇ, ਸੱਚ ਪਾਤਸ਼ਾਹ ਨੇ ਕਿ ਤੇ ਨਾਲ ਦੇ ਝਾਟੀ ਕਾਹਲੇ ਪੈ ਜਾਣੇ, ਹਾਂ ਹਜੇ ਪੜਾ ਜਾਓ ਹਜੇ ਹਜੇ ਸਤਿਗੁਰ ਆ ਗਿਆ ਸਤਿਗੁਰ ਆ ਗਿਆ। ਪਤਾ ਨਹੀਂ ਕੀ ਆ ਜਾਂਦਾ ਸਤਿਗੁਰ, ਕਈ ਵਾਰ ਚੁੱਪ ਕਰ ਜਾਓ ਮੈਂ ਕੋਲੋਂ ਦੀ ਨਾ ਵੀ ਲਾਂਗਾ, ਤੂੰ ਤਾਂ ਰੌਲਾ ਪਾ ਕੇ ਮੇਰਾ ਵੀ ਸਮਝੋ ਰਾਹ ਰੋਕ ਛੱਡ ਦਿਓ। ਇਹ ਨਾਂ ਦੇ ਬਹੁਤੇ ਸ਼ਰਧਾਲੂ ਗੱਲ ਪੈਣ ਦੀ ਕਰਦੇ ਨੇ ਮੇਰੇ ਬੱਚੇ, ਉਹ ਆਉਂਦੇ ਨੇ ਕੋਈ ਨਹੀਂ ਗੱਲ ਸੁਣੋ, ਹਿਰਦਾ ਸ਼ੁੱਧ ਹੈ ਬੱਚੀ ਹੈ, ਕਹਿੰਦੀ ਹੈ ਸਤਿਗੁਰ ਪੈਸੇ ਪੈਂਦੇ ਨੇ, ਦੱਸ ਬੀਬੀ ਕੱਲ ਕੀ ਗੱਲ ਹੈ, ਕਹਿੰਦੀ ਜੇ ਇੱਕ ਮੇਰੀ ਬੇਨਤੀ ਸੁਣ ਲਓ। ਇਹ ਬੇਨਤੀ ਕਰਦੀ ਹੈ ਸਤਿਗੁਰਾਂ ਦੇ ਚਰਨਾਂ 'ਚ, ਵਾਹ ਬਾਈ ਹੁਣ ਹੋ ਗਿਆ। ਹਾਂ
ਬੇਨਤੀ ਮੰਨ ਲੈ ਕੀ ਹਾਂ ਤੂੰ ਇੱਕ ਵੀਰ ਦੇ ਦਾ ਦਿਆ ਹਾਂ ਤੂੰ ਇੱਕ ਵੀਰ ਦੇ ਦਾ ਦਿਆ ਚੋਲੀ ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ ਇੱਕ ਵੀਰ ਦੇ ਦਾ ਦਿਆ ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ ਤੇਰੇ ਘਰ ਕੋਈ ਘਾਟਾ ਨਹੀਂ ਮੈਨੂੰ ਇੱਕ ਵੀਰ ਦੀ ਦਾਤ ਦੇ ਦੇ ਇਹ ਗੁੱਡੀ ਤੂੰ ਇਸ ਤਰ੍ਹਾਂ ਮੰਗਦੀ ਕਿਉਂ ਮੈਂ ਕੀ ਗੱਲ ਹੈ ਕਹਿੰਦਾ ਜੀ ਮੇਰੇ ਨਾਲ ਇੱਕ ਤੇ ਬੜੀ ਵਾਰੀ ਵਾਪਰੀ ਹੈ ਤੇ ਇੱਕ ਵੱਡੀ ਗੱਲ ਹੋਰ ਹੁੰਦੀ ਹੈ ਸਾਲ ਬਾਅਦ ਹੀ ਮੈਨੂੰ ਦੁੱਖ ਆ ਜਾਂਦਾ ਅੱਗੇ ਪਿੱਛੇ ਨਾ ਆ ਜਾਵੇ ਅਹੇ ਉਹ ਕਦੋਂ ਆਂਦੀ ਏ ਉਹ ਬੈਠ ਲੱਕੜੀ ਵਾਲੇ ਦਿਨ ਰੋਵੇ ਸੱਕਣੀ ਵੀਰ ਬਿਨਾ ਬੈਠ ਲੱਕੜੀ ਵਾਲੇ ਦਿਨ ਰੋਵੇ ਸੱਕਣੀ ਨਾਮਤਾਰੀ ਸਾਧ ਸੰਗਤ ਜੀ ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਨਾ ਸਭ ਮਾਈ ਪਾਈ ਅੱਗੇ ਸਾਰੇ ਇੱਕਦਮ ਇੱਕ ਮਿੰਟ ਵਾਸਤੇ ਬਹੁਤਾ ਚਿਰ ਨਹੀਂ ਇੱਕ ਮਿੰਟ ਵਾਸਤੇ ਚੁੱਪ ਕਰ ਰਹੇ ਹੋ ਜੇ ਅੰਦਰੋਂ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ 'ਚ ਅਰਦਾਸ ਕਰੋ ਸੱਚੇ ਪਾਤਸ਼ਾਹ ਜਿਸ ਭੈਣ ਦਾ ਵੀਰ ਨਹੀਂ ਉਹਨੂੰ ਵੀਰ ਬਖਸ਼ ਕਰੋ ਸਾਰੇ ਇੱਕ ਮਿੰਟ ਵਾਸਤੇ ਬਹੁਤਾ ਚਿਰ ਨੇ ਆ ਜਾਓ ਆਪਣੇ ਸਾਰੇ ਸਾਰੇ ਆਪਣੇ ਘਰ ਵਿੱਚ ਆ ਜਾਓ ਰਹਿਮਤ ਦਾ ਉਛਾਲਾ ਵੱਜਿਆ ਸਿੱਖ ਦੇ ਸਿੱਖ ਨੇ ਸਿੱਖ ਬੱਚੀ ਨੇ ਸਤਿਗੁਰ ਦਾ ਦ੍ਰਵੀਭੂਤ ਕਰ ਦਿੱਤਾ ਰਹਿਮਤਾਂ ਦੇ ਦਾਤੇ ਨੇ ਸਿਰ 'ਤੇ ਹੱਥ ਰੱਖਿਆ ਕਹਿੰਦੇ ਨੇ ਪੁੱਤਰੀ ਸਤਿਗੁਰੂ ਰਾਮ ਸਿੰਘ ਤੈਨੂੰ ਵੀਰ ਬਖਸ਼ੇ ਬਖਸ਼ਣਾ ਆਪ ਸੀ ਇਸ਼ਾਰਾ ਉੱਧਰ ਕਰ ਦਿੱਤਾ ਸੰਜੀ ਉਹਦਾ ਫਿਰ ਵੀਰ ਹੋਇਆ
ਅਤਰ ਸਿੰਘ ਜਿਹੜੇ ਅੰਮ੍ਰਿਤਸਰ ਵਾਲੇ ਮਹਾਨ ਸਨ ਉਹਨਾਂ ਦੀ ਨੂੰਹ ਬਣੀ ਜੋ ਬਾਤ ਇਤਿਹਾਸ ਐਵੇਂ ਨਹੀਂ ਜਾ ਕੇ ਪੁੱਛ ਲਿਓ ਕਿ ਗੱਲਾਂ ਹੋਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਮੰਨਾ ਸਿੰਘ ਮੱਕੀ ਦਾ ਹੋਇਆ, ਇੱਕ ਇੰਦਰ ਸਿੰਘ ਵਰਨਾ ਦਾ ਹੋਇਆ। ਇਹ ਇੰਦਰ ਸਿੰਘ ਜਿਹੜਾ ਸੀ ਨਾ ਇਹ ਕਿਸੇ ਗੱਲ 'ਚ ਤਨਖਾਹੀਆ ਹੋ ਗਿਆ ਸੀ, ਇਹ ਤਨਖਾਹੀਆ ਹੋ ਗਿਆ ਅਤੇ ਇੱਥੇ ਆ ਗਿਆ ਮੇਲਾ ਭੈਣੀ ਸਾਹਿਬ ਅਤੇ ਮੰਨਾ ਸਿੰਘ ਕਹਿੰਦਾ ਚਲੋ ਇੰਦਰ ਸਿੰਘ ਭੈਣੀ ਸਾਹਿਬ ਚਲੀਏ ਦਰਸ਼ਨ ਕਰਨ ਸਤਿਗੁਰਾਂ ਦਾ। ਉਹ ਕਹਿੰਦਾ ਮੈਂ ਤਨਖਾਹੀਆਂ ਮੈਂ ਨਹੀਂ ਜਾਣਾ। ਕਹਿੰਦੇ ਨਾ ਚੱਲ, ਉਹ ਸਤਿਗੁਰ ਬਖਸ਼ਿੰਦਾ ਹੈ, ਤੂੰ ਚੱਲ ਤੇ ਸਹੀ, ਨਾ ਨੇੜੇ ਹੋ ਕੇ ਦਰਸ਼ਨ ਕਰੀ, ਦੂਰ ਖਲੋ ਕੇ ਦਰਸ਼ਨ ਕਰ ਲਈ। ਕਹਿੰਦਾ ਸੱਤ ਵਜਣ ਦੋਵੇਂ ਆ ਗਏ ਨੇ, ਆ ਗਿਆ ਸ੍ਰੀ ਭੈਣੀ ਸਾਹਿਬ। ਉਹ ਜਿਹੜਾ ਬਾਹਰ ਨਾ ਅਕਾਲ ਪੁਗਾ ਇੱਥੋਂ ਦੋਵੇਂ ਵੱਖਰੇ ਵੱਖਰੇ ਹੋ ਗਏ, ਮੰਨਾ ਸਿੰਘ ਇੱਕ ਪਾਸੇ, ਇੰਦਰ ਸਿੰਘ ਇੱਕ ਪਾਸੇ। ਦੀਵਾਨ ਸਤਿਗੁਰੂ ਪ੍ਰਤਾਪ ਸਿੰਘ ਦਾ ਲੱਗਾ ਆ, ਮੰਨਾ ਸਿੰਘ ਦੀਵਾਨ 'ਚ ਬੈਠਾ ਆ, ਉੱਠ ਕੇ ਗੱਲ 'ਚ ਪੱਲਾ ਪਾ ਕੇ ਤੇ ਖਲੋ ਗਿਆ। ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਦੇ ਸਾਖਿਆਤ, ਕੀ ਗੱਲ ਹੈ ਮੰਨਾ ਸਿੰਘ? ਕਹਿੰਦਾ ਜੀ ਇੰਦਰ ਸਿੰਘ ਨੂੰ ਬਖਸ਼ ਦਿਓ, ਮੈਂ ਅਰਮਾਨ ਨਾਲ ਤੂੰ ਵੱਡਾ ਬਖਸ਼ਾਉਣ ਵਾਲਾ। ਫਿਰ ਉੱਠ ਬੈਠਾ, ਕਹਿੰਦਾ ਸੱਚੇ ਪਾਤਸ਼ਾਹ ਇੰਦਰ ਸਿੰਘ ਨੂੰ ਬਖਸ਼ ਦਿਓ, ਮੈਨੂੰ ਗੁਰੂ ਰਾਮ ਸਿੰਘ ਆਉਂਦਾ ਉਹਨੂੰ, ਪਰ ਮੈਨੂੰ ਨਹੀਂ ਆ ਕੇ ਆਖ ਸਕਦਾ ਤੇਰਾ, ਤੈਨੂੰ ਆਖੰਡਿਆ ਆ, ਮੈਨੂੰ ਨਹੀਂ ਆਖ ਸਕਦਾ, ਤੈਨੂੰ ਬਹੁਤਾ ਆਖਦਾ। ਫਿਰ ਬਹਿ ਗਿਆ, ਫਿਰ ਤੀਜੀ ਵਾਰੀ ਉੱਠ ਬੈਠਾ। ਉਹ ਸਿੱਖੋ ਸੋਚ ਲਿਓ ਇਸ ਗੱਲ ਨੂੰ, ਗੱਜ ਪੱਲਾ ਪਾ ਕੇ ਆਉਂਦਾ ਸੱਚੇ ਪਾਤਸ਼ਾਹ ਆਉਂਦਾ ਗੁਰੂ ਰਾਮ ਸਿੰਘ ਦਾ ਵਾਸਤਾ ਇੰਦਰ ਸਿੰਘ ਨੂੰ ਬਖਸ਼ ਦੇ। ਜਦੋਂ ਇੰਨੀ ਗੱਲ ਆ ਗਈ ਸਤਿਗੁਰ ਨੂੰ ਰੋਹ ਆ ਗਿਆ, ਗੁੱਸੇ 'ਚ ਆ ਗਏ, ਆਂਦਾ ਨੇ ਚਲਾ ਜਾ ਨਿਕਲ ਜਾ ਇੱਥੋਂ, ਤੂੰ ਵੀ ਤਨਖਾਹੀਆਂ ਤੇ ਇੱਥੋਂ ਨਿਕਲ ਜਾ, ਪੈਣੀ ਸਭ ਤੋਂ ਦੂਰ ਹੋ ਜਾ। ਰੋਂਦਾ ਰੋਂਦਾ ਬਾਹਰ ਨੂੰ ਚਲਾ ਗਿਆ, ਥੋੜ੍ਹਾ ਦੂਰ ਗਿਆ। ਅੱਗੇ ਬ੍ਰਹਮ ਸ਼੍ਰੋਤਰੀ ਬ੍ਰਹਮਨੇਸ਼ਟੀ ਮਹਾਤਮਾ ਸੰਤ ਆਲਾ ਸਿੰਘ, ਜਿਹਨਾਂ ਨੂੰ ਸਤਿਗੁਰਾਂ ਨੇ ਵੱਡਾ ਸੰਤ ਬਣਾ ਦਿੱਤੇ ਸੀ, ਉਹਨਾਂ ਨੂੰ ਕਿਉਂ ਨਾ ਵੱਡਾ ਸੰਤ ਆ ਗਿਆ। ਉਹ ਆਲਾ ਸਿੰਘ ਜੀ ਸੰਤ, ਅੱਗੋਂ ਉਹ ਤੁਰੇ ਆਉਂਦੇ ਨੇ। ਸੰਤਾਂ ਪੁੱਛਿਆ ਉਹ ਮੰਨਾ ਸਿੰਘ ਕੀ ਗੱਲ ਹੈ? ਕਹਿੰਦੇ ਨੇ ਸਤਿਗੁਰਾਂ ਨੇ ਝਿੜਕਿਆ। ਕੀ ਦੱਸਾਂ ਮੈਂ ਤੁਹਾਨੂੰ, ਇੱਕ ਦੌਲੋਵਾਲੀ ਦੱਸਦਾ ਸੀ ਹਰਨਾਮ ਸਿੰਘ, ਕਿਸੇ ਗੱਲ ਤੋਂ ਸਤਿਗੁਰ ਪ੍ਰਤਾਪ ਸਿੰਘ ਨੇ ਉਹਨੂੰ ਖੁੰਡੇ ਨਾਲ ਕੁੱਟਿਆ। ਉਹ ਤੁਸੀਂ ਤੇ ਭਾਗਾਂ ਵਾਲੇ ਹੋ, ਤੁਹਾਨੂੰ ਤੇ ਬਿਲਕੁਲ ਹੀ ਸਾਧੂ ਗੁਰੂ ਮਿਲ ਗਿਆ, ਸਾਧੂ ਗੁਰੂ। ਆਹ ਡਾਂਗਾਂ ਪੈਂਦੀਆਂ ਵੇਖੀਆਂ ਨੇ, ਇਹ ਤੇ ਗਾਲ ਵੀ ਨਹੀਂ ਕੱਢ ਸਕਦਾ ਕਿਸੇ ਨੂੰ, ਗੁਰੂ ਏਡਾ ਨਰਮ ਗੁਰੂ ਸਾਨੂੰ ਮਿਲ ਗਿਆ। ਉਹ ਲੜ ਪਏ, ਸਤਿਗੁਰੂ ਪ੍ਰਤਾਪ ਸਿੰਘ ਨੇ ਜਾ ਕੇ ਨਾ ਮਾਰੀਆਂ ਦੋ ਡਾਂਗਾਂ ਹਰਨਾਮ ਸਿੰਘ ਨੂੰ, ਆਂਦਾ ਨਾ ਚਲਾ ਜਾ ਇੱਥੋਂ ਮੇਰੀਆਂ ਅੱਖਾਂ ਅੱਗੋ। ਵਾਹ ਹਰਨਾਮ ਸਿੰਘ, ਆਂਦਾ ਸੱਚੇ ਪਾਤਸ਼ਾਹ ਮੈਨੂੰ ਦੱਸ ਦਿਓ ਜਿੱਥੇ ਤੂੰ ਨਹੀਂ ਮੈਂ ਉੱਥੇ ਤੁਰ ਜਾਂਦਾ, ਕਿੱਥੇ ਨਹੀਂ ਤੂੰ ਜਿੱਥੇ ਮੈਂ ਉੱਥੇ ਤੁਰ ਜਾਂਦਾ, ਦੱਸ ਮੈਂ ਕਿੱਥੇ ਜਾਵਾਂ। ਸਰ ਜੀ ਸਤਿਗੁਰਾਂ ਨੇ ਖੂੰਡਾ ਸੁੱਟ ਛੱਡਿਆ, ਆਂਦੇ ਨੇ ਉਹ ਸਿੱਖ ਨੇ ਅੱਜ ਮੇਰਾ ਖੂੰਡਾ ਛਡਾ ਦਿੱਤਾ, ਅੱਜ ਸਿੱਖ ਨੇ ਮੇਰਾ ਖੂੰਡਾ ਛਡਾ ਦਿੱਤਾ, ਦੱਸ ਕਿੱਥੇ ਮੈਂ ਜਾਵਾਂ। ਸਿੱਖਾਂ ਦਾ ਮਨ ਕਿਸ ਤਰ੍ਹਾਂ ਦਾ ਹੁੰਦਾ? ਉਹ ਚੁਗਲੀਆਂ ਕਰਨ ਵਾਲੇ ਹੋ, ਉਹ ਆ ਕੇ ਸ਼ਿਕਾਇਤਾਂ ਕਰਨ ਵਾਲੇ ਹੋ, ਕੁਝ ਸਮਝੋ, ਕਦੋਂ ਨਾ ਬਖਸ਼ੇ ਜਾਓਗੇ ਜਿਹੜਾ ਕਿਸੇ ਦੇ ਉੱਤੇ ਸ਼ਿਕਾਇਤਾਂ ਕਰ, ਆਪਣੇ ਨੰਬਰ ਬਣਾਉਣ ਵਾਸਤੇ ਸਤਿਗੁਰਾਂ ਕੇ ਆ ਕੇ ਸ਼ਿਕਾਇਤਾਂ ਨਾ ਕਰੇ, ਕਿ ਬਖਸ਼ ਮੰਗਿਆ ਕਰੋ, ਪਤਾ ਨਹੀਂ ਆਪਣੇ ਵੇਲੇ ਕਿਹੜਾ ਆਪਣੇ ਵੀ ਤੇ ਕਿਹੜਾ ਵਕਤ ਆ ਗਿਆ। ਆਲਾ ਸ੍ਰੀ ਪਾਤ ਪੁੱਛਦੇ ਨੇ ਮੰਨਾ ਸਿੰਘ ਕੀ ਗੱਲ ਹੈ? ਰੋਂਦਾ ਆਂਦਾ ਸਤਿਗੁਰਾਂ ਨੇ ਝਿੜਕਿਆ, ਆਂਦੇ ਨੇ ਚਲਾ ਜਾ। ਆਂਦਾ ਸੰਤ ਜੀ ਮੇਰੀ ਇੱਕ ਤੁਸੀਂ ਤੇ ਖਲੋ ਕੇ ਬੇਨਤੀ ਸੁਣ ਲਓ, ਇਹ ਦੱਸ। ਕਹਿੰਦਾ ਮੈਂ ਤੁਰ ਚੱਲਿਆ, ਕਿਉਂ ਸਤਿਗੁਰਾਂ ਨੇ ਜੀ ਹੁਕਮ ਕੀਤਾ ਤੇ ਮੈਂ ਤੁਰ ਚੱਲਿਆ, ਪਰ ਤੁਸੀਂ ਜਾ ਕੇ ਸਤਿਗੁਰਾਂ ਅਰਜ ਕਰੋ ਇੰਦਰ ਸਿੰਘ ਨੂੰ ਤੇ ਬਖਸ਼ ਦਿਓ। ਅੰਦਰ ਫੇਰ ਹੀ ਉਹ ਗੱਲ ਹੈ, ਸਤਿਗੁਰਾਂ ਦੇ ਅੱਗੇ ਆ ਕੇ ਆਲਾ ਸਿੰਘ ਨੇ ਅਰਜ ਕੀਤੀ। ਸੱਚੇ ਪਾਤਸ਼ਾਹ ਮੰਨਾ ਸਿੰਘ ਰੋਂਦਾ ਜਾਂਦਾ ਸੀ ਤੇ ਆਂਦਾ ਸੀ ਮੈਂ ਤੁਰ ਚੱਲਿਆ ਹੁਕਮ ਪੜ ਕੇ ਤੇ ਇੰਦਰ ਸਿੰਘ ਨੂੰ ਬਖਸ਼ ਦਿਓ, ਆਖੋ ਤਾਂ ਸਤਿਗੁਰੂ ਪ੍ਰਤਾਪ ਸਿੰਘ। ਸੱਚੇ ਪਾਤਸ਼ਾਹ ਕਹਿੰਦੇ ਨੇ ਆਲਾ ਸਿੰਘ ਜੀ ਉਹ ਜਾ ਦੁਆਂ ਨੂੰ ਲਾਇਓ ਮੈਨੂੰ ਉਹਨੂੰ ਬਖਸ਼ਿਆ। ਫਿਰ ਜਦੋਂ ਬਖਸ਼ਿਆ ਗਿਆ ਕਿਉਂ ਨਾ ਆਖੇ ਵਜਾ ਪਈ ਕਰਦਾ ਐਵੇਂ ਕਰਕੇ ਕਿਉਂ ਨਾ ਆਖਣਾ।
ਪਰਲੇ ਪਾਸੇ ਜਿਹੜੀ ਗਲੀ ਹੈ ਨਾ ਮਸਜੀਆਂ ਵਾਲ, ਉਹਦੇ ਉੱਤੇ ਛੋਟਾ ਜਿਹਾ ਚਬਾਰਾ ਹੁੰਦਾ ਸੀ, ਨੀਵਾਂ ਹੁੰਦਾ ਸੀ। ਉੱਥੇ ਇੱਕ ਸੋਹਣ ਸਿੰਘ ਹੁੰਦਾ ਸੀ। ਸੋਹਣ ਸਿੰਘ ਜਿਹੜਾ ਸੀ ਨਾ, ਉਹ ਗੁਰੂ ਹਰੀ ਸਿੰਘ ਦਾ ਪਾਸ਼ਕ ਸੀ। ਜਦੋਂ ਕਿਸੇ ਨੇ ਗੱਲ ਕਰਨੀ ਨਾ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਦੀ, ਤਾਂ ਸੋਹਣ ਸਿੰਘ ਨੇ ਆਖਣਾ, ਗੁਰੂ ਹਰੀ ਸਿੰਘ ਨੇ ਮੁੰਡੇ ਦੀ ਗੱਲ ਕਰਨਾ, ਇੱਥੋਂ ਬੋਲਦਾ ਉਸਨੇ। ਉਹਨੇ ਆਖਣਾ ਸਤਿਗੁਰੂ, ਉਹ ਨਹੀਂ, ਉਹ ਤੂੰ ਗੱਲ ਕਰ, ਗੁਰੂ ਹਰੀ ਸਿੰਘ ਦੇ ਮੁੰਡੇ ਦੀ ਗੱਲ ਕਰਦਾ ਨਾ। ਅੱਜ ਕੱਲ੍ਹ ਵੀ ਜਿਹੜੇ ਇੱਥੋਂ ਅਗਾਂ ਨਹੀਂ ਨਾ ਮਾਰਦੇ, ਉਹ ਪਿਛਾ ਰਹਿ ਜਾਣਗੇ। ਗੱਦੀ ਚੱਲ ਰਹੀ ਹੈ, ਵੇਖਿਓ ਕਿਤੇ ਥਿੜਕਣਾ ਜਾਇਓ ਨਾਮਦਾਰੀ, ਕਿਤੇ ਡਾਵਾਡੋਲ ਨਾ ਹੋ ਜਾਇਓ। ਖੈਰ ਇਹਦੇ 'ਤੇ ਨਹੀਂ ਮੈਂ ਬਹੁਤੀ ਗੱਲ ਕਰਨੀ। ਰੋਜ਼ ਇਸ ਤਰ੍ਹਾਂ ਆਖੀ। ਸਿੱਖਾਂ ਆਖਿਆ, ਯਾਰ ਇਹ ਸਤਾ ਮਾਰਿਆ ਸਾਨੂੰ, ਜਦੋਂ ਜਾਣੇ ਆਉਂਦਾ ਗੁਰੂ ਪ੍ਰਤਾਪ ਸਿੰਘ ਦੇ ਮੁੰਡੇ ਦੀ ਕੀ ਗੱਲ ਹੈ। ਦੋ ਤਿੰਨਾਂ ਨੇ ਰਲ ਕੇ ਨਾ, ਇੱਕ ਨੇ ਸਿਰ ਵੱਲੋਂ ਫੜ ਲਿਆ ਅਤੇ ਇੱਕ ਨੇ ਲੱਤਾਂ ਵੱਲੋਂ ਫੜ ਕੇ ਨਾ, ਅਤੇ ਕੋਠੇ ਤੋਂ ਬਾਜ਼ਾਰ 'ਚ ਸੁੱਟ ਦਿੱਤਾ। ਇੱਧਰ ਲੱਕ ਪਰਨੇ ਪਿਆ, ਸੱਟ ਬੜੀ ਵੱਜੀ। ਜਦੋਂ ਫੱਟ ਵੱਜੀ, ਤੁਰ ਗਿਆ ਫਿਰ ਉੱਥੋਂ, ਬਵੇਕ ਸਰ ਚਲਾ ਗਿਆ। ਬਵੇਕ ਸਰ ਜਾ ਕੇ ਪੁੱਜ ਗਿਆ, ਵਿਦਵਾਨ ਬੜਾ ਸੀ, ਸੰਤ ਦੂਲਾ ਸਿਰੀ ਹੁੰਦੇ ਸਨ ਨਾ ਜਿਹੜੇ, ਹੁਣ ਇੱਥੋਂ ਸਰਦਾਰ ਗੁਰਮੁਖ ਸਿਰੀ ਨੰਗੇ ਨੇ, ਉਹ ਜਾਣਦੇ ਸੰਤਾ ਦੂਲਾ ਸਿਰਾਂ ਨੂੰ। ਹੋਰ ਵੀ ਕਈ ਜਾਣਦੇ ਨੇ ਜਿਨ੍ਹਾਂ ਨੇ ਇੱਥੇ ਨਵੇਂ ਸ਼ਹਿਰ ਦਿਹਾਤ ਜਿਹਨਾਂ ਦਾ ਹੋਇਆ, ਲੁਧਿਆਣੇ ਪਹਿਲਾਂ ਹੁੰਦੇ ਸਨ, ਠੱਟੇ ਦੇ ਸਨ ਪਿੱਛੋਂ। ਕਈ ਗੱਲਾਂ ਹੁਣ ਕਿੰਨੀਆਂ ਕੁ ਮੈਂ ਤੁਹਾਨੂੰ ਸੁਣਾਈ ਜਾਵਾਂ। ਉਹਨਾਂ ਦੇ ਉਹਦਾ ਕੋਲ ਪੜ੍ਹਦੇ ਹੁੰਦੇ ਸਨ, ਉਹ ਵਿਦਵਾਨ ਬੜੇ ਸਨ ਸੋਹਣ ਸਿਰੀ, ਇਹਨਾਂ ਕੋਲ ਆ ਜਾਂ ਜਾਂਦੇ ਸਨ। ਆਖਿਰ ਸੰਤ ਜੀ, ਸੋਹਣ ਸਿੰਘ ਨੂੰ ਥੋੜ੍ਹਾ ਨਿਕਲਿਆ ਇੱਥੇ ਥੋੜ੍ਹਾ, ਫਿਰ ਚੀਕਾਂ ਮਾਰੇ, ਆਖੇ ਰੱਖ ਲੈ ਗੁਰੂਆ। ਵੇਖੋ ਇੱਕ ਮੰਗਲ ਸਿੰਘ ਸੀ ਲਖਨਊ, ਇਹਨਾਂ ਸਤਿਗੁਰਾਂ ਦੇ ਵੇਲੇ ਗੱਲ ਹੈ, ਉਹ ਵੀ ਇਸੇ ਤਰ੍ਹਾਂ ਗੁਰੂ ਪ੍ਰਤਾਪ ਸਿੰਘ ਦੀ ਨਿੰਦਿਆ ਕਰਦਾ ਹੁੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਉਹਦੇ ਘਰ ਚਰਨ ਪਾਣ ਗਿਆ, ਮੈਂ ਉਸ ਵਕਤ ਨਾਲ ਸਾਂ। ਬੈੜਾ ਜਿਹਾ ਬਸਤਰਾ ਬਿਸਤਰਾ, ਐਡੇ ਐਡੇ ਨਹੁੰ, ਗੰਦੇ ਕੱਪੜੇ, ਬੜਾ ਔਖਾ। ਸਤਿਗੁਰਾਂ ਨੇ ਜਾ ਕੇ ਕੁਰਸੀ ਨੂੰ ਭਾਗ ਲਾ ਦਿੱਤਾ, ਬਹਿ ਗਿਆ, ਅਤੇ ਕਹਿੰਦੇ ਨੇ, ਬਾਬਾ ਦੱਸ, ਕੋਈ ਸਤਿਗੁਰਾਂ ਤੋਂ ਬਗੈਰ ਤੇਰਾ ਹੈ ਇੱਥੇ ਸਹਾਇਕ? ਕਹਿੰਦਾ ਗਰੀਬ ਨਾਥ ਜੀ, ਹੁਣ ਮੁਨਸ਼ੀ ਲਛਮਿੰਦਿਆ ਨਾ ਕਰੋ, ਦਰਗਾਹ 'ਚ ਵੀ ਕੋਈ ਨਹੀਂ ਸਹਾਇਕ ਸਤਿਗੁਰਾਂ ਤੋਂ ਬਗੈਰ। ਇਵੇਂ ਤੇਰੇ ਪੁੱਤਰ ਨੇ, ਦੱਸ ਕੀ ਹਾਲ ਹੈ। ਸਤਿਗੁਰਾਂ ਨੇ ਫਿਰ ਉਸ ਵਕਤ ਸੂਬਾ ਹਰਬੰਸ ਸਿੰਘ ਦੀ ਦੋਸ਼ੀ ਨੂੰ ਹੁਕਮ ਕੀਤਾ, ਪੇ ਸਾਰੇ ਕੱਪੜੇ ਤੋਂ ਸੇਵਾ ਤੂੰ ਕਰ। ਸਤਿਗੁਰ ਫਿਰ ਵੀ ਦਿਆਲੀ ਹੁੰਦਾ ਹੈ, ਸਤਿਗੁਰ ਆਗਨ ਨੇ ਵੇਖਦਾ ਸਿੱਖ ਦੇ। ਮੈਂ ਅਰਦਾਸ ਕਰ ਰਿਹਾ ਸਾਂ, ਸੋਹਣ ਸਿੰਘ ਨੂੰ ਫੋੜਾ ਨਿਕਲ ਆਇਆ, ਚੀਕਾਂ ਮੱਚਦੀਆਂ ਨੇ। ਉਹਨੇ ਆਖਿਆ ਦੂਲਾ ਸਿਰਾਂ ਨੂੰ, ਉਹ ਸਤਿਗੁਰੂ ਪ੍ਰਤਾਪ ਸਿੰਘ ਨੂੰ ਆਖ ਮੈਨੂੰ ਦਰਸ਼ਨ ਤੇ ਦੇ ਜਾਣ, ਆਂਦੇ ਨੇ ਕਰਾਂਗਾ ਅਰਜ਼। ਸਤਿਗੁਰ ਸਦਾ ਬਖਸ਼ਿੰਦ ਹੈ, ਅਰਜ਼ ਕੀਤੀ ਗਈ, ਸਤਿਗੁਰ ਚਲੇ ਗਿਆ ਸਿੱਖ ਨੂੰ ਦਰਸ਼ਨ ਦੇ। ਨਿੰਦਕ ਬੇਮੁਖ ਦੋਖੀ ਤਾਰੇ, ਭਲੇ ਭਲੇ ਕਰ ਮੰਨੀਏ ਤੇ ਬੁਰਿਆਂ ਦੇ ਹਰ ਕਾਸ ਵਾਰੇ। ਸਤਿਗੁਰ ਦੇ ਸਮਝੋ ਵੱਡਾ ਪੜਤਾ ਹੁੰਦਾ, ਜਿਸ ਵਕਤ ਉੱਥੇ ਗਏ
ਤੇ ਮੰਜੀ ਤੇ ਪਿਆ, ਉੱਠ ਕੇ ਮੱਥਾ ਨਹੀਂ ਟੇਕਿਆ ਗਿਆ। ਆਂਦਾ ਸੱਚੇ ਪਾਤਸ਼ਾਹ ਇਹਨੂੰ ਵੀ ਮੰਗਲ ਸਿੰਘ ਫਿਰ ਆਖਿਆ ਸਤਿਗੁਰੂ ਜੀ ਜੀ ਸੀ ਨੇ, ਮੰਗਲ ਸਿੰਘ ਜਿਹੜੇ ਮੂੰਹ ਨਾਲ ਸਤਿਗੁਰੂ ਪ੍ਰਤਾਪ ਸਿੰਘ ਨਿੰਦਿਆ ਕਰਨਾ ਉਸ ਮੂੰਹ ਨਾਲ ਹੁਣ ਸਿਫਤ ਕਰਦੇ ਤਾਂ ਤੇਰਾ ਭਲਾ ਹੋਏਗਾ। ਜੇ ਤਾਂ ਸੱਤੇ ਬਲਵੰਡ ਨੂੰ ਆਖਿਆ ਗਿਆ ਸੀ ਨਾ ਤੂੰ ਵੀ ਸਿਫਤ ਕਰੇਗਾ ਤਾਂ ਹੋਏਗਾ, ਇਸੇ ਤਰ੍ਹਾਂ ਹੀ ਉਹਨਾਂ ਆਖਿਆ ਹੁਣ ਤੂੰ ਸਿਫਤ ਕਰ ਸਤਿਗੁਰੂ ਪ੍ਰਤਾਪ ਸਿੰਘ ਦੀ ਤਾਂ ਤੇਰਾ ਭਲਾ ਹੋਏਗਾ। ਉਸ ਵਕਤ ਸਾਧ ਸੰਗਤ ਜੀ ਉਹ ਆਉਂਦੇ ਨੇ ਜੀ ਇੱਥੇ ਚਰਨ ਧਰੋ ਅਤੇ ਮੇਰਾ ਦਰਦ ਦੂਰ ਹੋ ਜਾਏ। ਉਹ ਤਾਂ ਸੱਚੇ ਪਾਤਸ਼ਾਹ ਤੇ ਅਜੇ ਨਹੀਂ ਸਨ ਚਰਨ ਧਰਨ ਨੂੰ ਤਿਆਰ, ਦੂਲਾ ਸੁਰਿਆਂ ਨੇ ਫੜ ਕੇ ਨਾ ਸਾਧੂ ਨਾਲ ਚਰਨ ਅਤੇ ਜਿਹਦੇ ਫੋੜਾ ਸੀ ਉੱਥੇ ਚਰਨ ਦਾ। ਸਰ ਜੀ ਚਰਨ ਲਾਉਣ ਦੀ ਡੇਰੇ ਤਕਲੀਫ ਕਾਬੂ। ਹਾਂਜੀ ਤਕਲੀਫ ਖਤਮ। ਨਵੰਬਰ 9 ਹੋ ਗਿਆ, ਫਿਰ ਉਸਨੇ ਇਹ ਗੱਲ ਆਖੀ ਵਜਾ ਕੇ ਭਾਈ ਗੁਰਮੁਖਾਂ ਹੁਣ ਇਕੱਲਾ ਵਜਾ ਲਿਆ, ਫਿਰ ਭੋਗ ਪਾ ਦੇ ਸਾਡਾ ਵਗਤ ਤੇ ਹੋਣ ਵਾਲਾ। ਸ਼ਾਮ ਨੂੰ ਜਥੇਦਾਰ ਨਰਿੰਦਰ ਸਿੰਘ ਦੇ ਭਾਵੇਂ ਵੀਹਾਂ ਨੂੰ ਟੰਗ ਦੇਣਾ, ਜਥੇਦਾਰ ਨਰਿੰਦਰ ਦੇ ਰਾਤ ਨੂੰ ਸ਼ਾਮ ਨੂੰ ਵੀਹਾਂ ਨੂੰ ਟਾਂ ਟੰਗ ਦੇਣਾ, ਮੇਰੀ ਇੰਨੀ ਸ਼ਕਤੀ ਨਹੀਂ। ਛਿਆ ਮਹੀਨੇ ਬਾਅਦ ਤੁਸੀਂ ਮਿਲਦੀ ਹੋ, ਸ਼ਾਬਾਸ਼ ਤੇਰੇ ਭਾਈ, ਤੇਰੇ ਤੇ ਸ਼ਾਬਾਸ਼, ਸਾਡੇ ਨਹੀਂ ਸ਼ਾਬਾਸ਼। ਖੈਰ ਮੈਂ ਅਰਦ ਕਰਦਾ ਗਾ, ਫਿਰ ਉਹ ਮਸਤਾਨਾ ਹੋ ਗਿਆ ਤੇ ਪਿਆ ਦਾ ਸੱਚੇ ਪਾਤਸ਼ਾਹ। ਹਾਵੇ ਗੁਰੂ ਪ੍ਰਤਾਪ ਸਿੰਘ ਜੀ ਅਸੀਂ ਤੇਰੇ ਕਰਦੇ ਬੋਲੇ, 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 ਗੁਰੂ ਪ੍ਰਤਾਪ ਸਿੰਘ ਜੀ ਦੀ ਨਿਰਾਲੀ ਸ਼ਾਨ ਵੇਖੀਏ, ਗੁਰੂ ਪ੍ਰਤਾਪ ਸਿੰਘ ਜੀ ਦੀ ਨਿਰਾਲੀ ਸ਼ਾਨ ਵੇਖੀਏ। ਉਹਨਾਂ ਨੇ ਅਕਾਡਮੀ ਬਣਾ ਦਿੱਤੀ ਏ, ਉਹਨਾਂ ਨੇ ਮਕਾਨ, ਸਾਡੇ ਭਰਾ ਦੀ ਸਿਫਤ ਕਰਦੇ ਨੇ ਗੁਰੂ ਨੇ ਵੀ ਬੜੇ ਮਕਾਨ। ਇਹ ਕਿਆ ਸਿਫਤ ਹੈ ਗੁਰੂ ਕੀ? ਇਹ ਤੇ ਭਾਖੜਾ ਡੈਮ ਤੇ ਇੱਟਾਂ ਬਹੁਤੀਆਂ ਲੱਗੀਆਂ ਨੇ, ਇਹ ਗੁਰੂ ਦੀ ਸਿਫਤ ਨਹੀਂ, ਸੜਕ ਬਣਾ ਦਿੱਤੀ ਤੇ ਇੱਟਾਂ ਲਾ ਦਿੱਤੀਆਂ, ਗੁਰੂ ਕੀ ਸਿਫਤ ਹੈ? ਹਰ ਨਾਮ ਦੀਆ ਗੁਰ ਪਰ ਪੁਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ। ਗੁਰੂ ਨਾਮ ਦਿੰਦਾ ਗਿਆਨ ਅਗਿਆਨਤਾ ਦੂਰ ਕਰਦਾ, ਗਿਆਨ ਦਿੰਦਾ। ਉਹ ਪੈਸੇ ਤਾਂ ਲੋਕਾਂ ਦੋ ਕੋਲ ਲੈ ਲਏ, ਸ਼ਾਹੂਕਾਰਾਂ ਕੋਲੋਂ ਟੋਕਰੀ ਟੋਕਰੀ ਪੈਸੇ ਲੈ ਲਏ ਨੇ, ਜਿਹੜੀ ਕਿਤੋਂ ਨਹੀਂ ਚੀਜ਼ ਮਿਲਦੀ ਉਹ ਗੁਰੂ ਦਿੰਦਾ। ਖੈਰ ਮੈਂ ਅਰਥ ਕਰਿਆ ਸਾ, ਆਂਦਾ ਤੇਰੇ ਗੁਰੂ ਦੇ ਘੋੜੇ ਬਹੁਤੇ ਨੇ? ਨਹੀਂ। ਜ਼ਮੀਨਾਂ ਬਹੁਤੀਆਂ ਨੇ? ਨਹੀਂ। ਲੋਕੀ ਮੱਥੇ ਬਹੁਤਾ ਟੇਕਦੇ ਨੇ? ਨਹੀਂ। ਨਿਰਾਲੀ ਸ਼ਾਨ ਕੀ ਹੈ? ਉਹਦੇ ਦਰ ਮੁਰਦੇ ਆ ਅੰਦਰ ਸਰਕ ਦੀ ਜਾਣ ਵੇਖੀ। ਇਹ ਨਹੀਂ ਮੈਂ ਹੁਣ ਦੱਸਾਂਗਾ ਕਿ ਮੁਰਦੇ ਕਿੰਨੇ ਦੀ ਦੱਖ। ਉਹ ਪਾਰਸ ਸੀ ਜਿਹਦੀ ਸ਼ੋਅ ਨੇ ਲੱਖਾਂ ਪਾਰਸ ਬਣਾਏ ਨੇ, ਅਮਲ ਬੇੜੇ ਤੇ ਫੜ ਫੜ ਕੇ ਲੱਖਾਂ ਪਾਂਧੀ ਚੜਾਏ ਨੇ, ਦਿਲਾਂ ਦੇ ਪਿਆਰ, ਦਿਲਾਂ ਦੇ ਕੋਟ ਤੇ ਪਿਆਰਾਂ ਦੇ ਜਿਸ ਦੀਪਕ ਚਲਾਏ ਨੇ, ਉਹ ਖੁਸ਼ੀਆਂ ਦਾ ਖਜ਼ਾਨਾ ਸੀ ਜਿਸਨੇ ਰੋਂਦੇ ਹਸਾਏ ਨੇ, ਮਸਰਤ ਨੱਚਦੀ ਗਾਉਂਦੀ ਉਹਦੇ ਦਾਲਾਨ ਵੇਖੀ, ਨਿਕਾਹੇ ਮਸਤ ਵਿੱਚ ਵੇਖੀ, ਤੱਕਿਆ ਕਿਸੇ ਨੇ ਚਸ਼ਮਾ ਜ਼ਮ ਜ਼ਮ, ਨਹੀਂ ਪਤਾ ਕਿਸੇ ਨੂੰ, ਫੇਰ ਕਦੀ ਦੱਸਾਂਗਾ ਕਿ ਚਸ਼ਮਾ ਜ਼ਮ ਜ਼ਮ ਕੀ ਹੈ। ਨਿਗਾਹੇ ਮਸਤ ਵਿੱਚ ਤੱਕਿਆ ਕਿਸੇ ਨੇ ਚਸ਼ਮਾ ਜ਼ਮ ਜ਼ਮ, ਨੂਰਾਨੀ ਨੂਰਾਨੀ ਮੁੱਖ ਨੂੰ ਦੱਸਿਆ ਕਿਸੇ ਨੇ ਹੈ ਮੇਰਾ ਹਰਦਮ, ਉਹਦੀ ਗੁਫਤਾਰ ਨੇ ਪੱਥਰ ਦਿਲਾਂ ਨੂੰ ਕਰ ਲਿਆ ਖਾਦਮ, ਅਮੀਰੀ ਤੇ ਫਕੀਰੀ ਦੀ ਮੇਰੀ ਸਰਕਾਰ ਸੀ ਸੰਗਮ, ਫਿਰ ਕੀ ਹੋਇਆ, ਕਦਰ ਜਾਤੀ ਨਹੀਂ ਦੁਨੀਆਂ ਬੜੀ ਨਾਦਾਨ ਵੇਖੀ।
ਉਹਦਾ ਦੀਦਾਰ ਫੁੱਲਿਆਂ ਨੂੰ ਕਦੀ ਰਸਤਾ ਦਿਖਾਉਂਦਾ ਸੀ, ਉਹਦਾ ਦੀਦਾਰ ਜਲਵਾਏ ਤੂਰ ਨੂੰ ਵੀ ਮਾਤ ਪਾਉਂਦਾ ਸੀ, ਉਹਦਾ ਦੀਦਾਰ ਘਰ ਬੈਠੇ ਮੱਕੇ ਦਾ ਹੱਜ ਕਰਾਉਂਦਾ ਸੀ, ਉਹਦਾ ਦੀਦਾਰ ਕਹਿੰਦੇ ਨੇ ਇੱਕ ਵਾਰੀ ਸਾਰੇ ਮੱਥਾ ਟੇਕੋ ਭਾਈ ਸਤਿਗੁਰੂ ਪ੍ਰਤਾਪ ਦੇ ਚਰਨਾਂ, ਅੱਠ ਅੱਠਾਂ ਤੀਰਥਾਂ ਦਾ ਫਲ ਮਿਲੇ ਜੋ ਸਿਰ ਨਵਾਉਂਦਾ। ਕਹਿੰਦੇ ਨੇ ਉਹਦੇ ਦਰਬਾਰ ਵਿੱਚ ਮੁਕਤੀ ਖੜੀ ਦਰਬਾਨ ਵੇਖੀ ਹੈ, ਉਹਦੇ ਦਰਬਾਰ ਵਿੱਚ ਮੁਕਤੀ ਜਿਸ ਨੂੰ ਲੋਕੀ ਦੋਦੇ ਫਿਰਦੇ ਨੇ ਦਰਬਾਨ ਨੌਕਰਾਣੀ ਹੈ। ਇਸ ਵਾਸਤੇ ਮੈਂ ਕਹਿ ਰਿਹਾ ਸਾਂ ਗੁਰੂ ਪ੍ਰਤਾਪ ਸਿੰਘ ਜੀ ਦੀ ਨਿਰਾਲੀ ਸ਼ਾਨ, ਮੈਂ ਜਹਿਦਾਰ ਸੇਵਾ ਸਿਰ ਵਰਗਾ ਗਾ ਨਹੀਂ ਸਕਦਾ, ਮੇਰੇ ਨਾਲ ਸਾਰੇ ਸੋਹਣਾ ਗਾਉਂਦੇ ਨੇ, ਸਾਰੇ ਬੋਲਦੇ ਨੇ, ਇੱਕ ਬੀਬੀ ਬੜਾ ਪਿਆਰ ਕਰਦੇ ਸਨ। ਇੱਕ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਚਲੇ ਗਏ ਅਤੇ ਬਾਹਰ ਖੂਹ 'ਤੇ ਡੇਰਾ ਸੀ, ਭਰਾ ਮੇਰਾ ਮੱਥਾ ਟੇਕਣਾ ਆ ਕੇ ਪਹਿਰਾ ਲੱਗਾ ਸੀ, ਸਤਿਗੁਰਾਂ ਵੇਖਾਂ ਦੇ ਨੇ ਆਉਂਦੇ ਹੋ ਪੰਡਿਤ ਉਹਨਾਂ ਨੂੰ ਆ ਗਿਆ, ਮੱਥਾ ਟੇਕਿਆ, ਇੱਕ ਰੁਪਈਆ ਅਤੇ ਨਾਲ ਲਾਚੀਆਂ ਮੱਥਾ ਟੇਕੀਆਂ। ਸੱਚੇ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ, ਕਹਿੰਦੇ ਨੇ ਹਾਂਜੀ, ਅਸੀਂ ਹੁੱਕਾ ਪੀਂਦੇ ਹੋ? ਹਾਂਜੀ ਪੀਨਾ। ਅਸੀਂ ਤੇਰੀ ਭੇਟਾ ਨਹੀਂ ਲੈਣੀ। ਹਾਂਜੀ ਮੈਂ ਛੱਡ ਦਿਆਂਗਾ। ਕਹਿੰਦੇ ਜੀ ਛੱਡ ਦੇਗਾ ਲੈ ਲਾਂਗੇ। ਕਹਿੰਦਾ ਜੀ ਮੈਂ ਛੱਡਿਆ। ਅਸੀਂ ਲੈ ਲਈ, ਸਾਰੀ ਜ਼ਿੰਦਗੀ ਨਹੀਂ ਹੁੱਕਾ ਪੀਤਾ। ਫਿਰ ਪਿਆਰਾ ਸਿਰ ਉੱਥੇ ਮੇਲਾ ਕਰਾਇਆ ਸੀ, ਸਤਿਗੁਰੂ ਜਗਜੀਤ ਸਿੰਘ ਜੀ ਉੱਥੇ ਗਏ, ਮੈਂ ਕੋਲ ਬੈਠਾ, ਮੈਂ ਕਿਹਾ ਸਾਹਿਬ ਇੱਕ ਵਾਰੀ ਅਰਦਾਸ ਕੀਤਾ, ਜਹਿਦਾਰ ਗਿਆਨ ਸਿੰਘ ਸਨ, ਸੰਤ ਅਮਰ ਸਿੰਘ ਜਥੇਵਾਲ ਅਤੇ ਦੀਵਾਨ ਸ਼੍ਰੀ ਬੜੇ ਸ਼੍ਰੀ ਸੰਤ ਦਾਨਾ ਸਿੰਘ ਦਾਲ ਸਿੰਘ ਸਾਰੇ, ਆਹ ਅਰਦਾਸ ਕੀਤੀ ਪਈ ਤਾਂ ਸ਼ਰਾਬ ਛੁੱਟੇ, ਪਰ ਸਾਧ ਸੰਗਤ ਦੀ ਇੱਕ ਨਹੀਂ ਸੁਣੀ ਗਈ ਅਤੇ ਉਹਨੇ ਨਹੀਂ ਛੱਡੀ। ਸਾਧ ਸੰਗਤ ਤੋਂ ਗੁਰੂ ਵੱਡਾ ਹੁੰਦਾ। ਉਹ ਸਤਿਗੁਰੂ ਜੀ ਗਿਆ ਅਤੇ ਮੈਂ ਸਤਿਗੁਰੂ ਨੂੰ ਆਖਿਆ ਵੀ ਮੇਰੇ ਭਰਾ ਨੂੰ ਤੁਸੀਂ ਆਖੋ ਅਤੇ ਉਹ ਤੁਹਾਡੀ ਮੰਨ ਜਾਣੀ ਜੇ। ਜਿਸ ਵਕਤ ਉੱਥੇ ਬਹਿ ਗਿਆ ਨਾ, ਆ ਕੇ ਕੋਲ ਪਾ ਲਿਆ, ਇਹਨਾਂ ਦੀ ਗੱਲ ਇਹਨਾਂ ਛਟਾਈ ਨਹੀਂ ਵੱਖਰਾ ਗੱਲ ਕਰਨਾ, ਕੋਲ ਪਾ ਕੇ ਇੱਧਰ ਦੀ ਕਰ, ਇੱਧਰ ਦੀ ਕਰ ਆਉਂਦੇ ਨੇ ਪੰਡਿਤ ਜੀ ਹਾਂਜੀ ਇਹ ਸ਼ਰਾਬ ਪੀ ਲੈਂਦੇ ਹੋ? ਹਾਂਜੀ ਹਾਂ। ਫਿਰ ਛੱਡ ਦਿਓ ਸਤਿਗੁਰ ਜੀ, ਅੱਜ ਤੋਂ ਛੱਡ। ਇੱਕ ਵਾਰੀ ਮੇਰਾ ਭਤੀਜਾ ਸ਼ਰਾਬ ਪੀ ਕੇ ਅਤੇ ਬੋਤਲ ਲੈ ਕੇ ਘਰ ਚਲਾ ਗਿਆ ਅਤੇ ਉਹਨਾਂ ਦੇ ਨਾਲ ਗੱਲ ਸੁਣ, ਇੱਥੋਂ ਚੁੱਕ ਕੇ ਲੈ ਜਾ ਅਤੇ ਤੇਰੇ ਚਾਚੇ ਨੂੰ ਪਤਾ ਲੱਗ ਗਿਆ ਅਤੇ ਉਸਨੇ ਸਤਿਗੁਰਾਂ ਨੂੰ ਦੱਸਦਾ ਤਾਂ ਮੇਰਾ ਸਾਰਾ ਕੁਝ ਖਰਾਬ ਹੋ ਗਿਆ। ਸੋ ਬਚਨਮੰਦ ਦੀ ਗੱਲ ਹੈ, ਸਤਿਗੁਰਾਂ ਨੇ ਫਿਰ ਉਹਦੇ ਲਫ਼ਜ਼ ਨੇ ਮੈਂ ਨਹੀਂ ਕਹਿ ਰਿਹਾ, ਉਹਦਾ ਸ਼ਰਾਬ ਛਡਾ ਦਿੱਤਾ, ਉਹਦਾ ਹੁੱਕਾ ਛਡਾ ਦਿੱਤਾ। ਜਦੋਂ ਕਿਤੇ ਬਹਿਣਾ ਨਾ ਆਖਣਾ ਭਾਈ ਗੁਰੂ ਵੇਖੇ ਨੇ, ਉਹ ਇਸ ਤਰ੍ਹਾਂ ਸੁੱਖਾ ਪੀਂਦਾ ਵੀ ਤਾਂ ਗੱਲ ਕਰਨੀ, ਬੜੇ ਗੁਰੂ ਵੇਖੇ ਨੇ, ਮੈਂ ਮੋਟਰਾਂ 'ਤੇ ਚੜੇ ਫਿਰਦੇ ਨੇ ਅਤੇ ਘੋੜਿਆਂ 'ਤੇ ਚੜੇ ਫਿਰਦੇ ਨੇ, ਹਾਂ ਯਾਰ ਗੁਰੂ ਪ੍ਰਤਾਪ ਸਿੰਘ ਜਿਹੜਾ ਜਾਂਦਾ ਜਾਂਦਾ ਮੇਰਾ ਵੀ ਕਲੰਕ ਲਾ ਗਿਆ, ਨਾ ਮਾਸ ਨਾ ਉਹਨੇ ਕੋਈ ਅਮਰ ਛਕਿਆ ਨਾ ਗੱਲ ਆਉਂਦਾ, ਹੋ ਜਾ ਗੁਰੂ ਪ੍ਰਤਾਪ ਸਿੰਘ ਜਿਸਨੇ ਮੇਰਾ ਵੀ ਜਾਂਦਿਆ ਜਾਂਦਾ ਕਲੰਕ ਲਾ ਦਿੱਤਾ। ਸੋ ਸਾਧ ਸੰਗਤ ਜੀ, ਇੱਕ ਵਾਰੀ ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ, ਮੈਂ